shut down your unit if you cannot improve it ethopia ਦੀ ਜਿਹੜੀ ਡਿਸਟਰੀ ਸੀਗੀ ਉੱਥੇ ਵੀ ਸੈਂਪਲ ਕਲੈਕਟ ਹੋਏ ਸੀ ਸੈਂਪਲ ਕਲੈਕਟ ਹੋਏ ਆ ਆਪਾਂ ਦੁਕਾਨਾਂ ਬੰਦ ਕਰਨ ਨੂੰ ਕਿਉਂ ਨਹੀਂ ਕਹਿੰਦੇ ਆਪਾਂ ਫੈਕਟਰੀ ਬੰਦ ਕਰਨ ਨੂੰ ਕਿਉਂ ਕਰੇ ਹੋਂਟਕ ਤੇ ਚੱਕੀ ਨੂੰੋਂ ਅੰਦਰ ਸੱਤ ਨਾਲ ਜਾਇਦਾ ਉਧਰ ਸਾਰੇ ਸਕਾਟ ਫਰੀ ਫਰ ਰਹੇ ਨੇ ਜ਼ੀਰੇ ਦੀ ਫੈਕਟਰੀ ਨੂੰ ਅਸੀਂ ਜਦੋਂ ਉਹਦੇ ਤੱਥ ਖੰਗਾਲਣ ਦੀ ਕੋਸ਼ਿਸ਼ ਕਰਦੇ ਆਂ ਉੱਥੋਂ ਦਾ ਪਾਣੀ ਜਿਹੜਾ ਹੈਗਾ ਕਿ ਲਾਨ ਵਰਗੀ ਉਹਦੇ ਚੋਂ ਬੋ ਆਂਦੀ ਵੀ ਆ ਔਰ ਲੋਕਾਂ ਦੀਆਂ ਕਿਡਰੀਆਂ ਫੇਲ ਹੋ ਗਈਆਂ ਲੋਕਾਂ ਨੂੰ ਕੈਂਸਰ ਹੋ ਗਿਆ ਰੈਸ ਰੈਸ ਕੇ ਪਾਣੀ ਜ਼ਮੀਨ ਦੇ ਵਿੱਚ ਇੰਨਾ ਥੱਲੇ ਚਲੇ ਗਿਆ ਹੈ ਇਹਨਾਂ ਦਾ ਪੋਲੂਸ਼ਨ ਵਾਟਰ ਕਿ ਉਹਨੇ ਹੁਣ ਗਰਾਊਂਡ ਵਾਟਰ ਨੂੰ ਕੰਟਾਮਿਨੇਟ ਕੀਤਾ ਹੋਇਆ ਦੂਸਰੋ ਏਥੋਪੀਆ ਦੇ ਵਿੱਚ ਹਦੀਸ ਬਾਬਾ ਜਗ੍ਹਾ ਹੈ ਇੱਥੇ ਸਿਮਿਲਰ ਕਾਈਂਡ ਆਫ ਕੰਪਲੇਨਸ ਲੋਕਾਂ ਦੀਆਂ ਆ ਰਹੀਆਂ ਸੀਗੀਆਂ ਪਸ਼ੂਆਂ ਦੇ ਮਰਨ ਦਾ ਲੋਕਾਂ ਦੇ ਬਿਮਾਰ ਪੈਣ ਦਾ ਇਸ਼ੂ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਇਹ ਮੁੱਦਾ ਉਹਨਾਂ ਦੀ ਅਸੈਂਬਲੀ ਦੇ ਵਿੱਚ ਉੱਠਿਆ ਇਟ ਹਸ ਬੀਨ ਪ੍ਰੂਵਨ ਥੈਟ ਥਿਸ ਵਾਸ ਰਿਲੀਜ਼ਿੰਗ ਐਫਲੂਐਂਟ ਇਨਟੂ ਦੀ ਗਰਾਊਂਡ ਵਾਟਰ ਮਤਲਬ ਉੱਥੇ ਜਦੋਂ ਅਸੈਂਬਲੀ ਦੇ ਵਿੱਚ ਡਿਸਕਸ਼ਨ ਹੋਈ ਥੀ ਉਹਨਾਂ ਨੇ ਸਾਫ਼ ਇਹ ਕਹਿ ਦਿੱਤਾ ਕਿ ਆਪਣੀਆਂ ਡਿਸਟਿਲਰੀਆਂ ਬੰਦ ਕਰੋ ਨਹੀਂ ਤਾਂ ਫਿਰ ਬੰਦ ਕਰੋ ਜੇ ਤੁਸੀਂ ਉਹਨੂੰ ਇੰਪਰੂਵ ਨਹੀਂ ਕਰ ਸਕਦੇ ਤਾਂ ਮਤਲਬ ਉਹ ਡੈਫੀਨੇਟ ਹੈਗਾ ਕਿ ਹਾਂ ਉਹ ਪੋਲੂਸ਼ਨ ਕੀਤਾ ਹੈ ਜ਼ੀਰੇ ਦੀ ਫੈਕਟਰੀ ਨੇ ਉਹ ਪੋਲੂਸ਼ਨ ਕੀਤਾ ਹੈ ਇਹ 100% ਸਟੈਂਡ ਹੈ ਉੱਥੋਂ ਦੀਆਂ ਡਿਸਟਿਲਰੀਆਂ ਤੇ ਇੱਥੇ ਦੀ ਜਿਹੜੀ ਡਿਸਟਿਲਰੀ ਹੈਗੀ ਹੈ ਜ਼ੀਰਾ ਫੈਕਟਰੀ ਫਰਕ ਕਿੱਥੇ ਰਹਿ ਗਿਆ ਸਰ ਉੱਥੇ ਉਹਨਾਂ ਨੇ ਜ਼ੀਰੋ ਲਿਕੁਇਡ ਡਿਸਚਾਰਜ ਦੱਸ ਸੀ ਜਿਵੇਂ ਕਹਨੇ ਪਿਓ ਉਹਨਾਂ ਦਾ ਜ਼ੀਰੋ ਲਿਕੁਇਡ ਡਿਸਚਾਰਜ ਹੈਗਾ ਕਰ ਤਾਂ ਇਹ ਵੀ ਸਕਦੇ ਹਗੇ ਪਰ ਉਹਨਾਂ ਨੇ ਕਰ ਲਿਆ ਤੇ ਇਹਨਾਂ ਨੇ ਕਿਉਂ ਨਹੀਂ ਕੀਤਾ ਡੰਡੇ ਦਾ ਡਰ ਆ ਭਾਈ ਮੈਨੂੰ ਜੇਲ੍ਹ ਨਾ ਹੋ ਜਾਵੇ ਮੈਨੂੰ ਡਰ ਮਤਲਬ ਜਿਹੜਾ ਉਹ ਏਰੀਆ ਸੀਗਾ ਉੱਥੋਂ ਦੇ ਲੋਕਾਂ ਦੇ ਕੋਲ ਚੰਗਾ ਪਾਣੀ ਪੀਂਦਾ ਨਹੀਂ ਸੀਗਾ ਚੰਗਾ ਪਾਣੀ ਵੀ ਪੀਂਦਾ ਨਹੀਂ ਸੀਗਾ ਲੋਕਾਂ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਬੋਤਲਾਂ ਭਰ ਕੇ ਦੇਣੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਆਹ ਪਾਣੀ ਦੇ ਨਾਲ ਗੁਜ਼ਾਰਾ ਕਰੋ ਜੀ ਅਲਟੀਮੇਟਲੀ ਤੁਹਾਡਾ ਮੋਟੋ ਕੀ ਆ ਤੁਹਾਡਾ ਮੋਟੋ ਲੋਕਾਂ ਦੀ ਹੈਲਥ ਨੂੰ ਪ੍ਰਾਇੋਰਟੀ ਦੇਣਾ ਹੈ ਜਾਂ ਸ਼ਰਾਬ ਬਣਾ ਕੇ ਵੇਚਣਾ ਹੈਗਾ ਸੋਰਸ ਆਫ ਨਿਊਟ੍ਰੀਐਂਟਸ ਹੈਗਾ ਜ਼ਿੰਕ ਪੋਟਾਸ਼ੀਅਮ ਔਰ ਬਾਕੀ ਸਾਰੀਆਂ ਚੀਜ਼ਾਂ ਵੀ ਮੈਂ ਉਹਦੇ ਨਾਲ ਆਪਾਂ ਪੈਦਾਵਾਰ ਵਧਾ ਕੇ ਕੀ ਕਰਾਂਗੇ ਜੇ ਆਪਾਂ ਜਿੰਦਾ ਹੀ ਨਹੀਂ ਰਹੇ ਤਾਂ ਤੁਸੀਂ ਛਾਤੀ ਥੋਕੇ ਕਹਿੰਨੇ ਆ ਅਸੀਂ ਲੋਕਾਂ ਨੂੰ ਇਮਪਲੋਇਮੈਂਟ ਦੇ ਰਹੇ ਇੱਕ ਬੰਦਾ ਤੁਸੀਂ ਏਮਪਲੋਏ ਕੀਤਾ ਕੰਪਨੀ ਦੇ ਵਿੱਚ ਉਹਨੂੰ 20000 ਰੁਪਏ ਮਹੀਨਾ ਤੁਸੀਂ ਮਿਨੀਮਮ ਇੱਕ ਅੱਗੇ ਥੱਲੇ ਦੇਖਾ ਰਹੇ ਹੋ 20-25000 ਰੁਪਏ ਤੁਸੀਂ ਉਹਨੂੰ ਸੈਲਰੀ ਦੇ ਦਿਓ ਅਗਰ ਉਹਦੇ ਘਰ ਦੇ ਵਿੱਚ ਚਾਰ ਬੰਦੇ ਬਿਮਾਰ ਪਏ ਆ ਕੋਈ ਕੈਂਸਰ ਤੋਂ ਪੀੜਿਤ ਹੈ ਕੋਈ ਲੰਸ ਦੀ ਪ੍ਰ ਆਮ ਸੌਰੀ ਟੂ ਸੇ ਕਿਸੇ ਵੀ ਚੀਜ਼ ਦੀ ਟੋਲਰੈਂਸ ਦੀ ਇੱਕ ਲਿਮਿਟ ਹੁੰਦੀ ਹੈ। ਬਾਬਾ ਨਜ਼ਮੀ ਲਿਖਦੇ ਨੇ ਅੱਗ ਵੀ ਹਿਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ। ਭਾਂ ਮੜ ਜਈਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ। ਦੋਸ਼ ਦਿਓ ਨਾ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰਸੇ ਟਿੱਲੇ ਰਹੇ। ਕੰਨ ਦੀ ਇਸ ਕਰਕੇ ਲੋੜ ਪੈਂਦੀ ਪਈ ਹੈ ਕਿਉਂਕਿ ਸਾਡੇ ਕੋਲ ਅਜਿਹੇ ਬਹੁਤ ਸਾਰੇ ਉਦਾਹਰਨਾਂ ਅਜਿਹੇ ਬਹੁਤ ਸਾਰੇ ਐਕਸਪੈਰੀਮੈਂਟਸ ਹੈਗੇ ਆ ਜਿੱਥੇ ਸਾਨੂੰ ਜਦੋਂ ਸਖਤੀ ਕਰਨੀ ਚਾਹੀਦੀ ਸੀਗੀ ਉਦੋਂ ਅਸੀਂ ਮੂੰਹ ਫੇਰ ਕੇ ਪਿੱਠ ਦਿਖਾ ਕੇ ਉੱਥੋਂ ਲੰਘ ਜਾਂਦੇ ਆ ਤਾਜ਼ਾ ਐਗਜ਼ਾਮਪਲ ਹੈ ਜ਼ੀਰੇ ਦੀ ਮਾਲਪੁਰੋ ਫੈਕਟਰੀ ਔਰ ਉੱਥੇ ਲੱਗਾ ਪੱਕਾ ਮੋਰਚਾ ਪੱਕਾ ਧਰਨਾ ਔਰ ਉਹਨਾਂ ਧਰਨਾਕਾਰੀਆਂ ਦੀਆਂ ਮੰਗਾਂ ਕਿ ਇਸ ਫੈਕਟਰੀ ਨੂੰ ਬੰਦ ਕਰਵਾਣਾ ਹੈ ਕਿਉਂਕਿ ਇਹ ਫੈਕਟਰੀ ਹੁਣ ਮੌਤ ਦੀ ਜ਼ਿੰਮੇਵਾਰ ਬਣ ਚੁੱਕੀ ਹੈ ਲੇਕਿਨ ਅਸਲ ਤੱਥ ਕੀ ਨੇ ਅਸਲ ਫੈਕਟਸ ਕੀ ਨੇ ਲਗਾਤਾਰ ਰੋਜ਼ਾਨਾ ਸਪੋਕਸਮੈਨ ਗਰਾਉਂਡ ਜ਼ੀਰੋ ਤੋਂ ਲੈ ਕੇ ਸਟੂਡੀਓ ਦੇ ਵਿਚਾਰ ਵੀ ਉਹਨਾਂ तमाम ਸ਼ਖਸੀਅਤਾਂ ਨੂੰ ਵਾਰ-ਵਾਰ ਇਨਵਾਈਟ ਕਰਦਾ ਪਿਆ ਔਰ ਵਾਰ-ਵਾਰ ਕੋਸ਼ਿਸ਼ ਕਰਦਾ ਪਿਆ ਕਿ ਇਹ ਮੁੱਦਾ ਠੰਡਾ ਨਾ ਪਵੇ ਅੱਜ ਸਟੂਡੀਓ ਦੇ ਵਿੱਚ ਸਾਡੇ ਖਾਸ ਮਹਿਮਾਨ ਨੇ ਖਾਸ ਗੈਸਟ ਨੇ ਜਿਨ੍ਹਾਂ ਦਾ 30 ਸਾਲਾਂ ਦਾ ਤਜਰਬਾ ਹੈ ਔਰ 7 ਸਾਲ ਉਹਨਾਂ ਨੇ ਨਾਈਜੀਰੀਆ ਦੀ ਇੱਕ ਇੰਡਸਟਰੀ ਦੇ ਵਿੱਚ ਕੰਮ ਵੀ ਕੀਤਾ ਔਰ ਕੰਮ ਨਹੀਂ ਕੀਤਾ ਮਤਲਬ ਕਵਾਂਗਾ ਕਿ ਉਹਨਾਂ ਨੇ ਇਹੋ ਜੀਆਂ ਚੀਜ਼ਾਂ ਉੱਥੇ ਸਿੱਖੀਆਂ ਔਰ ਇਹੋ ਜੀਆਂ ਚੀਜ਼ਾਂ ਦਾ ਤਜਰਬਾ ਅਨੁਭਵ ਜਾਂ ਐਕਸਪੀਰੀਅੰਸ ਉਹਨਾਂ ਨੇ ਇਕੱਠਾ ਕੀਤਾ ਜਿਨ੍ਹਾਂ ਦੇ ਕੋਲੋਂ ਇਹ ਜਾਣਨਾ ਸਾਡੇ ਲਈ ਬੜਾ ਜ਼ਰੂਰੀ ਹੋ ਚੁੱਕਾ ਹੋਇਆ ਕਿ ਇਹ ਜਿਹੜਾ ਮੁੱਦਾ ਹੈਗਾ ਸਿਰਫ ਜ਼ੀਰੇ ਤੱਕ ਸੀਮਤ ਨਹੀਂ ਹੈ ਇਹ ਗਲੋਬਲ ਲੈਵਲ ਦਾ ਮੁੱਦਾ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਗੁਰਮੀਤ ਜੀ ਆ ਉਹਨਾਂ ਦਾ ਸਵਾਗਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਸਾਡੇ ਨਾਲ ਆਪਣਾ ਵਕਤ ਸਾਂਝਾ ਕਰ ਰਹੇ ਹੋ ਥੈਂਕ ਯੂ ਸਰ ਥੈਂਕ ਯੂ ਜੀ ਸਰ ਪਹਿਲੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਨਾ ਵਾਂ ਇੱਕ ਐਗਜ਼ਾਮਪਲ ਤੁਸੀਂ ਦੱਸ ਰਹੇ ਸੀਗੇ ਅਦੀਸ ਅਬਾਪਾ ਏਥੀਓਪੀਆ ਦੇ ਵਿੱਚ ਜੋ ਇਹ ਜਗ੍ਹਾ ਹੈਗੀ ਆ ਉੱਥੇ ਵੀ ਇਹ ਸੇਮ ਪ੍ਰੋਬਲਮ ਸ਼ੁਰੂ ਹੁੰਦੀ ਹੈਗੀ ਆ ਡਿਜੀਟਲ ਰੀ ਦਾ ਜਿਹੜਾ ਉਹ polluted water 시ਗਾ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਸੀਗੇ ਵਸਨੀਕ ਸੀਗੇ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਮਰਦੇ ਪਏ ਆ ਜਿਹੜੇ ਉੱਥੋਂ ਦੇ ਪਸ਼ੂ ਸੀਗੇ ਉਹ ਵੀ ਮਰਨੇ ਸ਼ੁਰੂ ਹੋ ਗਏ। ਔਰ ਟੇਬਲ ਦੇ ਉੱਤੇ ਜਿਹੜੀ ਸਾਡੇ ਕੋਲ ਰਿਸਰਚ ਪਈ ਹੋਈ ਹੈ ਇਹ ਗਲੋਬਲ ਲੈਵਲ ਦੀ ਰਿਸਰਚ ਹੈ ਕਿ ਕਿਸ ਤਰੀਕੇ ਦੇ ਨਾਲ ਡਿਸਟਿਲਰੀਜ਼ ਜਿਹੜੀਆਂ ਹੈਗੀਆਂ ਨੇ ਫੰਕਸ਼ਨਸ ਕਰਦੀਆਂ ਪਈਆਂ ਨੇ। ਸੋ ਸ਼ੁਰੂਆਤ ਮੈਂ ਉੱਥੋਂ ਕਰਦਾ ਸਰ ਔਰ ਲੋਕ ਵੀ ਸਮਝਣਗੇ ਕਿ ਫਿਰ 에ਥੀਓਪੀਆ ਦੇ ਵਿੱਚ ਕੀ ਵਾਪਰਿਆ ਉੱਤੋਂ ਬਾਅਦ ਫਿਰ ਉੱਥੋਂ ਦੀ ਸਰਕਾਰ ਨੇ ਕੀ ਮੈਜਰਸ ਲਏ। ਇਹ ਜਿਹੜੀ ਪੋਲੂਸ਼ਨ ਦੀ ਪ੍ਰੋਬਲਮ ਹੈ ਇਹ ਮੈਂ ਨੋਟ ਕਰ ਰਿਹਾ ਹਾਂ ਕਿ ਦਿਸ ਇਜ਼ ਨਾਟ ਰਿਲੇਟਿੰਗ ਟੂ ਵਨ ਰੀਜ਼ਨ ਇਹ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਜਿੱਥੇ ਵੀ ਆਪਣੀ ਇੰਡਸਟਰੀਜ਼ ਹੈਗੀਆਂ ਨੇ ਡਿਸਟਰੀ ਇਸ ਸਪੈਸ਼ਲੀ ਆਰ ਵਨ ਆਫ ਦੋਜ਼ ਇੰਡਸਟਰੀ ਆਊਟ ਆਫ 10 ਇੰਡਸਟਰੀ ਵਿਚ ਆਰ ਮੋਸਟ ਪੋਲੂਟੈਂਟ ਇਹ ਜਿੰਨਾ ਵੀ ਪੋਲੂਸ਼ਨ ਕਰਦਿਆਂ ਨੇ ਇਹ ਟ੍ਰੀਟਮੈਂਟ ਤੋਂ ਬਗੈਰ ਇਹਨੂੰ ਰਿਲੀਜ਼ ਕਰਦਿਆਂ ਨੇ ਤੇ ਇਹਦੇ ਲੰਗਰ ਇਫੈਕਟ ਆਈ ਮੀਨ ਇਟ ਵਿਲ ਨਾਟ ਇਫੈਕਟ ਯੂ ਇਨ ਅイヤー ਟੂイヤー অর 5 ਇਲਾਈਕ ਇਟਸ ਅ ਲੰਗਰ ਇਫੈਕਟ 10 ਸਾਲ ਤੱਕ ਤੁਸੀਂ ਦੇਖੋਗੇ ਕਿ ਤੁਹਾਡਾ ਗਰਾਊਂਡ ਵਾਟਰ ਜਿਹੜਾ ਕੰਟਾਮਿਨੇਟ ਹੋ ਗਿਆ ਉਹਦੇ ਵਿੱਚ ਇੰਨਾ ਪੋਲੂਸ਼ਨ ਹੋ ਗਿਆ ਹੈ ਕਿ ਜ਼ਹਿਰੀਲਾ ਹੋ ਗਿਆ ਹੈ ਪਸ਼ੂਆਂ ਦੇ ਪੀਣ लायक ਨਹੀਂ ਰਿਹਾ ਇਨਸਾਨ ਦੇ ਯੂਜ਼ ਕਰਨ लायक ਨਹੀਂ ਰਿਹਾ ਤੇ ਉਥੋਂ ਦੀ ਕੈਟਲ ਮਰਨੀ ਸਟਾਰਟ ਹੋ ਗਈ ਜਿਹੜੇ ਐਗਜ਼ਾਮਪਲ ਮੈਂ ਅੱਜ ਰਿਸਰਚ ਦੇ ਥਰੂ ਆ ਐਸਟੈਬਲਿਸ਼ ਕੀਤੇ ਨੇ ਇਥੋਪੀਆ ਦੀ ਇੱਕ ਡਿਸਟਰੀ ਇੰਡਸਟਰੀ ਦੇ ਨੇ ਇਥੋਪੀਆ ਦੇ ਵਿੱਚ ਹਦੀਸ ਬਾਬਾ ਇੱਕ ਜਗ੍ਹਾ ਹੈ ਸ਼ਹਿਰ ਹੈ ਇੱਕ ਇੱਥੇ ਸਿਮਿਲਰ ਕਾਈਂਡ ਆਫ ਕੰਪਲੇਨਸ ਲੋਕਾਂ ਦੀਆਂ ਆ ਰਹੀਆਂ ਸੀਗੀਆਂ ਜਿਹਦੇ ਵਿੱਚ ਪਸ਼ੂਆਂ ਦੇ ਮਰਨ ਦਾ ਲੋਕਾਂ ਦੇ ਬਿਮਾਰ ਪੈਣ ਦਾ ਇਸ਼ੂ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਇਹ ਮੁੱਦਾ ਉਹਨਾਂ ਦੀ ਅਸੈਂਬਲੀ ਦੇ ਵਿੱਚ ਉੱਠਿਆ ਇਹਨੂੰ ਸਟੱਡੀ ਕੀਤਾ ਗਿਆ ਸੈਂਟੀਫਿਕਲੀ it has been proven that this was releasing effluent into the ground water ਇਹਦਾ ਅਗਰ ਸੋਲੂਸ਼ਨ ਨਾ ਕੀਤਾ ਜਾਵੇ ਤੇ ਲੌਂਗਰ ਇਫੈਕਟ ਇਹਦੇ ਇਥੋਂ ਤੱਕ ਗਰੀਵ ਨੇ ਕਿ ਇਹਦੇ ਨਾਲ ਡੈਥ ਹੋ ਸਕਦੀਆਂ ਨੇ ਲੋਕੀ ਬਿਮਾਰ ਪੈ ਸਕਦੇ ਨੇ ਪਸ਼ੂ ਮਰ ਸਕਦੇ ਨੇ ਤੇ ਫਸਲਾਂ ਆਫਕੋਰਸ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਫਸਲਾਂ ਬੀਜਦੇ ਹੋ ਕਿ ਜਿਹੜੀਆਂ ਫਸਲਾਂ ਇਸ ਦੇ ਵਿੱਚ ਸਰਵਾਈਵ ਕਰਨਗੀਆਂ ਤਾਂ ਠੀਕ ਹੈ ਲੇਕਿਨ ਜਿਹੜਾ ਇਹਨਾਂ ਜ਼ਹਿਰੀਲਾ ਪਾਣੀ ਹੈ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਫਸਲਾਂ ਦੇ ਉੱਤੇ ਇਸ ਤਰ੍ਹਾਂ ਦਾ ਇਫੈਕਟ ਆਂਦਾ ਹੈ ਕਿ ਫਸਲ ਵੀ ਨਸ਼ਟ ਹੋ ਜਾਂਦੀ ਹੈ ਆ ਜਿਹੜੀ ਰਿਪੋਰਟ ਤੁਸੀਂ ਦੇਖ ਰਹੇ ਹੋ ਤੁਹਾਡੇ ਟੇਬਲ ਤੇ ਸਟੈਬਲਿਸ਼ਡ ਹੈਗੀ ਹੈ ਇਸ ਰਿਪੋਰਟ ਦੇ ਵਿੱਚ ਮੈਂਸ਼ਨ ਹੈਗਾ ਹੈ ਕਿ ਉਹਦੀ ਸਥਿਤੀ ਇੰਨੀ ਗਰੀਬ ਹੋ ਗਈ ਸੀ ਕਿ ਉਥਾਂ ਉੱਥੇ ਲੋਕਾਂ ਨੂੰ ਉਸ ਕੰਪਨੀ ਦੇ ਓਨਰਸ ਨੇ ਬੋਤਲਾਂ ਦੇ ਵਿੱਚ ਪਾਣੀ ਦੇਣਾ ਸਟਾਰਟ ਕੀਤਾ ਡਰਿੰਕਿੰਗ ਵਾਟਰ ਪੀਣ ਦਾ ਪਾਣੀ ਗਵਰਨਮੈਂਟ ਨੇ ਉਸ ਚੀਜ਼ ਨੂੰ ਸਮਝਿਆ ਇਸ ਤੋਂ ਬਾਅਦ ਕਿ ਮਤਲਬ ਜਿਹੜਾ ਉਹ ਏਰੀਆ ਸੀਗਾ ਉੱਥੋਂ ਦੇ ਲੋਕਾਂ ਦੇ ਕੋਲ ਚੰਗਾ ਪਾਣੀ ਪੀਂਦਾ ਨਹੀਂ ਸੀਗਾ ਚੰਗਾ ਪਾਣੀ ਵੀ ਪੀਂਦਾ ਨਹੀਂ ਸੀਗਾ ਲੋਕਾਂ ਦੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਬੋਤਲਾਂ ਭਰ ਕੇ ਦੇਣੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਆਹ ਪਾਣੀ ਦੇ ਨਾਲ ਗੁਜ਼ਾਰਾ ਕਰੋ ਜੀ ਅੱਛਾ ਜੀ ਔਰ ਫਿਰ ਫਿਰ ਉਹ ਸਰਕਾਰ ਨੇ ਉਸ ਚੀਜ਼ ਦਾ ਨੋਟਿਸ ਲਿਆ ਫਿਰ ਉਸ ਦਾ ਨੋਟਿਸ ਲਿਆ ਇਸ ਤੋਂ ਬਾਅਦ ਜਦੋਂ ਤੁਸੀਂ ਐਕਟਿਵ ਹੁੰਦੇ ਹੋ ਅਲਟੀਮੇਟਲੀ ਤੁਹਾਡੇ ਕੋਲੇ ਦੋ ਹੀ ਚੀਜ਼ਾਂ ਬਚਦੀਆਂ ਨੇ ਆਈਦਰ ਟੂ ਸ਼ਟਡਾਊਨ ਫਾਰ ਦਾ ਸੇਕ ਆਫ ਦਾ ਹੈਲਥ ਆਫ ਦਾ ਪੀਪਲ ਬਈ ਤੁਸੀਂ ਕੀ ਅਲਟੀਮੇਟਲੀ ਤੁਹਾਡਾ ਮੋਟੋ ਕੀ ਹੈ ਤੁਹਾਡਾ ਮੋਟੋ ਲੋਕਾਂ ਦੀ ਹੈਲਥ ਨੂੰ ਪ੍ਰਾਇੋਰਟੀ ਦੇਣਾ ਹੈ ਜਾਂ ਸ਼ਰਾਬ ਬਣਾ ਕੇ ਵੇਚਣਾ ਹੈਗਾ ਸ਼ਰਾਬ ਇਟਸੈਲਫ ਸਿਹਤ ਲਈ ਹਾਨੀਕਾਰਕ ਹੈ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਹੈ ਸਰੀਰ ਸਿਹਤ ਲਈ ਹਾਨੀਕਾਰਕ ਹੈ ਤੁਸੀਂ ਦੇਖੋ ਕਿ ਸ਼ਰਾਬ ਪੀ ਕੇ ਵੀ ਤੁਹਾਡੇ ਸਰੀਰ ਨੂੰ ਹਾਨੀ ਹੈ ਸ਼ਰਾਬ ਦੇ ਪ੍ਰੋਸੈਸ ਦੇ ਵਿੱਚ ਉਹ ਜਿਹੜਾ ਪਾਣੀ ਹੈ ਸਾਡਾ এনवायरमेंट ਹੈ ਉਹਨੂੰ ਗੰਦਾ ਕਰ ਰਿਹਾ ਹੈ ਤੇ ਜਿਹਦੇ ਨਾਲ ਸਾਡੀ ਹੈਲਥ ਖਰਾਬ ਹੋ ਰਹੀ ਹੈ ਅਸੀਂ ਅੱਗੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨਸ ਨੂੰ ਕੀ ਛੱਡ ਕੇ ਜਾ ਰਹੇ ਹਾਂ ਸਭ ਤੋਂ ਵੱਡਾ ਮੈਸੇਜ ਇਹ ਹੈ ਕਿ ਫਾਰ ਦਾ ਸੇਕ ਆਫ ਅਰਨਿੰਗ ਪ੍ਰੋਫਿਟ ਤੁਸੀਂ ਕੀ ਕਰ ਰਹੇ ਹੋ ਕਿ ਕਿਹੜੇ ਵਾਲੇ ਪਾਸੇ ਨੂੰ ਆਪਾਂ ਜਾ ਰਹੇ ਹਾਂ ਸੋ ਮੇਰਾ ਇਹਦੇ ਵਿੱਚ ਵਿਚਾਰ ਇਹ ਸੀਗਾ ਕਿ ਇਨਸਟੈਡ ਆਫ ਵੀ ਟੇਕ ਅ ਡਿਸੀਜਨ ਥੈਟ ਵੀ ਹੈਵ ਟੂ ਸ਼ਟ ਡਾਊਨ ਥਿਸ ਪਲਾਂਟ ਸ਼ਟਿੰਗ ਡਾਊਨ ਆਫ ਅ ਪਲਾਂਟ ਬਿਕਾਜ਼ ਦਾ ਕਾਸਟ ਆ ਵਰਰੀ ਹਾਈ ਗਵਰਨਮੈਂਟ ਨੂੰ ਇਸ ਤੇ ਅਸੈਂਬਲੀ ਦੇ ਵਿੱਚ ਬੈੱਕ ਡਿਸਕਸ ਕਰਨਾ ਚਾਹੀਦਾ ਹੈ ਜਿੰਨੇ ਵੀ ਅ ਕੰਟਰੋਲ ਬੋਰਡਸ ਨੇ ਐਡਮਿਨਿਸਟ੍ਰੇਟਿਵ ਕੰਟਰੋਲਸ ਨੇ ਈਦਰ ਈਦਰ ਪলিউਸ਼ਨ ਕੰਟਰੋਲ ਬੋਰਡਸ ਆਰ ਐਡਮਿਨਿਸਟ੍ਰੇਟਿਵ ਯੂਨਿਟਸ ਦੇ ਆਲ ਹੈਵ ਟੂ ਕਮ ਇਨਟੂ ਐਕਸ਼ਨ ਉਹਨਾਂ ਨੂੰ ਮਿਲ ਕੇ ਇਸ ਦੇ ਉੱਤੇ ਸੋਚਣਾ ਚਾਹੀਦਾ ਹੈ ਤੇ ਐਕਸ਼ਨ ਲੈਣਾ ਚਾਹੀਦਾ ਹੈ ਸਰ ਇਹ ਜੋ ਤੁਸੀਂ ਗੱਲ ਕਹਿ ਰਹੇ ਹੋ ਨਾ ਇਸ ਤੋਂ ਬਾਅਦ ਇੱਕ ਕੰਟਰੋਵਰਸੀ ਪੈਦਾ ਹੋਏਗੀ ਉਹ ਮੈਂ ਸਮਝਦਾ ਕਿਉਂ ਹੋਏਗੀ ਉਹਨਾਂ ਤੁਹਾਨੂੰ ਸਮਝਾਉਣਾ ਤੁਸੀਂ ਜਦੋਂ ਇਹ ਕਹਿਨੇ ਹੋ ਨਾ ਕਿ ਬਜਟ ਬਹੁਤ ਖਰਚ ਹੋਇਆ 300 ਕਰੋੜ ਦੀ ਲਾਗਤ ਨਾਲ ਉੱਥੇ ਇੱਕ ਇੰਡਸਟਰੀ ਲੱਗ ਗਈ ਹੈ ਜਿਹੜੇ ਲੋਕ ਸਾਨੂੰ ਸੁਣਦੇ ਪਏ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਇੰਡਸਟਰੀ ਦਾ ਪੱਖ ਪੂਰਦੇ ਪਏ ਆ ਉਹਨਾਂ ਦੀ ਹਮਾਇਤ ਕਰਦੇ ਪਏ ਆ ਔਰ ਜੋ ਲੋਕ ਉੱਥੇ ਡਿਮਾਂਡ ਕਰਦੇ ਪਏ ਉਹ ਕਹਿੰਦੇ ਕਿ ਕੰਪਲੀਟਲੀ ਸ਼ਟਡਾਊਨ ਹੋ ਜਾਣੀ ਚਾਹੀਦੀ ਹੈ ਸੋ ਸਵਾਲ ਇੱਥੇ ਸਰ ਇਹ ਹੈਗਾ ਜਦੋਂ ਤੁਸੀਂ ਇਹ ਚੀਜ਼ ਕਹਿ ਨਹੀਂ ਹੈਗੇ ਹੋ ਕਿ ਇਹਨੂੰ ਬੰਦ ਨਹੀਂ ਕਰਨਾ ਚਾਹੀਦਾ ਇਹਦੇ ਚ ਚੀਜ਼ਾਂ ਹੋਰ ਐਂਟਰ ਕੀਤੀਆਂ ਜਾ ਸਕਦੀਆਂ ਨੇ ਮੈਂ ਉਹੀ ਤੁਹਾਡੇ 30 ਸਾਲਾਂ ਦੇ ਤਜਰਬੇ ਤੋਂ ਇਹ ਸਮੇਂ ਨਾਲ ਚਾਹਨਾ ਹੈਗਾ ਵਾ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਪਾਣੀ ਖਰਾਬ ਹੁੰਦਾ ਪਿਆ ਉਸ ਨੂੰ ਬਚਾਇਆ ਜਾ ਸਕਦਾ ਸਭ ਤੋਂ ਪਹਿਲਾਂ ਸਾਨੂੰ ਆ ਫਾਈਂਡ ਆਊਟ ਕਰਨ ਦੀ ਜਰੂਰਤ ਹੈਗੀ ਹੈ ਕਿ ਪੋਲੂਸ਼ਨ ਕਿਸ ਲੈਵਲ ਤੱਕ ਹੈਗਾ ਉਹ ਉਹ ਮੈਨੇਜੇਬਲ ਹੈ ਜਾਂ ਹੁਣ ਆਊਟ ਆਫ ਕੰਟਰੋਲ ਹੋ ਗਿਆ ਜੇ ਉਹ ਮੈਨੇਜੇਬਲ ਹੈਗਾ ਤੇ देयर आर ਇੰਜੀਨੀਅਰਿੰਗ ਕੰਟਰੋਲਸ ਥਰੂ 뎀 ਇੰਜੀਨੀਅਰਿੰਗ ਕੰਟਰੋਲ ਦਾ ਮਤਲਬ ਇਹ ਹੈ ਕਿ ਆਪਾਂ ਉੱਥੇ ਇਸ ਤਰ੍ਹਾਂ ਦੇ ਮਸ਼ੀਨਰੀ ਲਾ ਸਕਦੇ ਹਾਂ ਕਿਉਂਕਿ ਜਿੰਨੇ ਵੀ ਪੋਲੂਸ਼ਨ ਪੈਦਾ ਕਰਨ ਵਾਲੇ ਪਲੈਂਟ ਹੈਗੇ ਨੇ ਉਹਨਾਂ ਨੇ ਆਪਦੇ ਪੋਲੂਸ਼ਨ ਨੂੰ ਜ਼ੀਰੋ ਡਿਸਚਾਰਜ ਦੇ ਥਰੂ ਕੰਟਰੋਲ ਕੀਤਾ ਹੋਇਆ ਹੈ ਪਾਣੀ ਕੰਪਨੀ ਤੋਂ ਬਾਹਰ ਰਿਲੀਜ਼ ਹੀ ਨਹੀਂ ਕਰਦੇ ਨਾਟ ਇਵਨ ਅ ਸਿੰਗਲ ਡ੍ਰੌਪ ਆਫ ਵਾਟਰ ਇਜ਼ ਰਿਲੀਜ਼ਡ ਆਊਟ ਆਫ ਦਾ ਪੈਰੀਫਰੀ ਆਫ ਦਾ ਕੰਪਨੀ ਉੱਥੇ ਕੀ ਹੁੰਦਾ ਹੈ ਕਿ ਤੁਸੀਂ ਆਪਦੇ ਪਾਣੀ ਨੂੰ ਆਪਦੇ ਉੱਥੇ ਪਲਾਨਡ ਹੋਲਡਿੰਗ ਪਾਉਂਟਸ ਦੇ ਵਿੱਚ ਇਕੱਠਾ ਕੀਤਾ ਰਿਜ਼ਰਵਾਇਰਸ ਦੇ ਵਿੱਚ ਇਕੱਠਾ ਕੀਤਾ ਫਿਰ ਉਸ ਤੋਂ ਬਾਅਦ ਉਹਨੂੰ ਟ੍ਰੀਟ ਕੀਤਾ ਟ੍ਰੀਟ ਕਰਨ ਤੋਂ ਬਾਅਦ ड्रिंकेबल बना सकते पानी पीता भी जा सकता होगा जिथे पे आर विद इन अवर कंट्रीज आई कैन नेम इफ यू आर इन इंडस्ट्रीज आरटेनिंग दिस ऑल एंड दे आर इन राजस्थान दे आर डूइंग इट एंड टू मैनेज दिस आई मीन फ्रॉम ई टी पी इफ ई टी पी इज नॉट फंक्शनिंग डो नॉट नो वैदर द the any decision has been taken ਔਰ ਦੇ ਤੇ ਕੰਮ ਕਰਦਿਆਂ ਨੇ ਮਸ਼ੀਨਾਂ ਇੱਥੇ ਜਾਂ ਨਹੀਂ ਕੰਮ ਕਰਦਿਆਂ ਨੇ ਕਿਉਂਕਿ ਮੋਸਟ ਆਫ ਮੇਰਾ ਜੋ ਮੇਰਾ ਤਜਰਬਾ ਹੈਗਾ ਜਿੰਨੀ ਦੇਰ ਤੱਕ ਸਿਸਟਮ ਨੂੰ ਟਾਈਟ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਸਕਾਟ ਫਰੀ ਹੁੰਦੇ ਆ ਇਹ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਆਪਦਾ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰੋਫਿਟ ਜਨਰੇਟ ਕਰਨ ਦੀ ਕੋਸ਼ਿਸ਼ ਕਰਦੇ ਆ ਦੇ देयर ਅਲਟੀਮੇਟ ਏਮ ਇਜ਼ ਟੂ ਜਨਰੇਟ ਦਾ ਮੈਕਸਿਮਮ ਅਵੇਲੇਬਲ ਪ੍ਰੋਫਿਟ ਆਊਟ ਆਫ ਦਿਸ ਅੱਛਾ ਸਰ ਜਿਵੇਂ ਉਸ ਵੀਡੀਓ ਦੇ ਵਿੱਚ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਗਏ ਸੀ ਉਸ ਫੈਕਟਰੀ ਦੇ ਵਿੱਚ ਗਏ ਸੀ ਤਾਂ ਅਸੀਂ ਜਦੋਂ ਜਾ ਕੇ ਵੇਖਿਆ ਤੇ ਉਹਨਾਂ ਨੇ ਸਾਨੂੰ ਜਿਹੜਾ ਐਂਡ ਪ੍ਰੋਸੈਸ ਤੱਕ ਜਦੋਂ ਲੈ ਕੇ ਗਏ ਉਸ ਫਲੋ ਚਾਰਟ ਦੇ ਤਹਿਤ ਉੱਥੇ ਇੱਕ EPW ਉਹ EPW ਕਰੇ ਇੱਕ ਸਿਸਟਮ ਹੈ ਉਹ ਜਿਹੜਾ ਉਹਨਾਂ ਨੇ ਦਿਖਾਇਆ ਕਿ ਉਹ ਕਹਿੰਦੇ ਸੀਗੇ ਕਿ ਅਸੀਂ ਵਾਟਰ ਨੂੰ ਟ੍ਰੀਟ ਕਰਕੇ ਦੁਬਾਰਾ ਯੂਜੇਜ ਦੇ ਵਿੱਚ ਲੈ ਕੇ ਆਣੇ ਆ ਸੋ ਤੁਹਾਡੀ ਨਜ਼ਰ ਉਹਦੇ ਤੇ ਜਦੋਂ ਜਾਂਦੀ ਹੈ ਤਾਂ ਤੁਸੀਂ ਉਹਦੇ ਤੋਂ ਕੀ ਕੱਢਦੇ ਹੋ ਦੇਖੋ ਮੇਰਾ ਜੋ ਮੇਰੀ ਜੋ ਅੰਡਰਸਟੈਂਡਿੰਗ ਹੈਗੀ ਆ 1 ਲੀਟਰ ਲੀਕਰ ਨੂੰ ਬਣਾਉਣ ਵਾਸਤੇ ਸਾਨੂੰ 15 ਤੋਂ 18 ਲੀਟਰ ਪਾਣੀ ਉਹਦੇ ਸਪੈਂਟ ਵਾਸ਼ ਵਗੈਰਾ ਤੇ ਕਲੀਨਿੰਗ ਪਰਪਸੇਸ ਦੇ ਉੱਤੇ ਯੂਜ਼ ਹੁੰਦਾ ਹੈ 1 ਲੀਟਰ ਸ਼ਰਾਬ ਬਣਾਉਣ ਦੇ ਲਈ ਸਾਨੂੰ ਮਤਲਬ 15 ਤੋਂ 16 ਲੀਟਰ ਪਾਣੀ ਜਿਹੜਾ ਹੈ ਇਹ ਸਾਡਾ ਲੱਗਦਾ ਉਹਦੇ ਤੇ 15-16 ਲੀਟਰ ਦੀ ਖਪਤ ਆ ਉਹ ਜਿਹੜਾ ਪਾਣੀ ਦੀ ਖਪਤ ਆ ਜੇ ਹੁਣ ਇਹ ਕੰਪਨੀ 1.5 ਲੱਖ ਬੋਤਲ ਰੋਜ਼ 1.5 ਲੱਖ ਲੀਟਰ ਰੋਜ਼ ਸ਼ਰਾਬ ਦੀ ਬਣਾਉਂਦੀ ਹੈ ਤੇ ਯੂ ਕੈਨ ਮਲਟੀਪਲਾਈ ਦੈਟ ਦ 15 ਟੂ uh, 16 ਲੀਟਰ ਆਫ ਵਾਟਰ ਫॉर ਈਚ ਲੀਟਰ ਆਫ ਲਿਕਰ ਕਿੰਨਾ ਹੈ ਫਲੈਂਟ ਜਨਰੇਟ ਕਰਕੇ ਬਾਹਰ ਡਿਸਚਾਰਜ ਕਰਦੇ ਹੋਣਗੇ ਕਿਉਂਕਿ ਥਿਸ ਇਜ਼ ਅ ਫੇਲਿਅਰ ਆਫ ਦ ਪ੍ਰੋਸੈਸ ਦੈਟ ਇਜ਼ ਵਾਈ ਦ ਕੰਪਲੇਨ ਹੈਸ ਬੀਨ ਮੇਡ ਬਾਈ ਦ ਪੀਪਲ ਪੀਪਲ ਆਰ ਇਨੋਸੈਂਟ ਪੀ ਲੋਕਾਂ ਨੂੰ ਤੁਸੀਂ ਇਹ ਚੁੱਪ ਨਹੀਂ ਕਰਾ ਸਕਦੇ ਕਿਉਂਕਿ ਲੋਕਾਂ ਦੇ ਉੱਥੇ ਡੈਥ ਹੋ ਰਹੀਆਂ ਨੇ ਬਿਮਾਰੀਆਂ ਹੋ ਰਹੀਆਂ ਨੇ ਉੱਥੇ ਸਫੋਕੇਸ਼ਨ ਹੋ ਰਹੀ ਹੈ ਲੋਕਾਂ ਨੂੰ ਕਿਉਂਕਿ ਸਟੈਕ ਇਨਫੈਕਟ ਜੇ ਮੈਂ ਕਹਾਂ ਗੱਲ ਆਖਾ ਤਾਂ ਬੋਇਲਰ ਦੇ ਵਿੱਚੋਂ ਜਿਹੜੇ ਪੈਡੀ ਹਸਕ ਦੇ ਨਾਲ ਆਪਰੇਟ ਕਰ ਰਹੇ ਨੇ ਉਹਨੂੰ ਬੋਇਲਰ ਦੇ ਫਿਊਲ ਐਸ ਅ ਫਿਊਲ ਯੂਜ਼ ਕਰਦੇ ਨੇ ਉਹ ਉਹ ਇੰਨਾ ਡੇਂਜਰਸ ਨਹੀਂਗਾ ਉਹਦੇ ਵਿੱਚੋਂ ਸਿਰਫ ਉਹਨਾਂ ਨੂੰ CO2 ਮਿਲ ਰਹੀ ਹੈ ਕਿਉਂਕਿ ਬਾਕੀ ਜਿਹੜਾ SPM ਹੈ ਇਹ ਇਹਨਾਂ ਦੇ ਵੈਲ ਵਿਦਨ ਕੰਟਰੋਲ ਹੋ ਸਕਦਾ ਹੈ ਬਿਕਾਜ਼ ਪੈਡੀ ਹਸਕ ਇਜ਼ ਅ ਕਲੀਨ ਫਿਊਲ ਇਹਨੂੰ ਕਲੀਨ ਫਿਊਲ ਫਿਊਲ ਵੈਚਾਪਨ ਜਿਵੇਂ CNG ਆਪਾਂ ਜੋ ਨੇਚਰਲ ਗੈਸ ਨੂੰ ਯੂਜ਼ ਕਰਦੇ ਆਂ ਸਟੀਮ ਪ੍ਰੋਡਕਸ਼ਨ ਵਾਸਤੇ ਇਸੇ ਤਰ੍ਹਾਂ ਯੂਜ਼ ਕਰਦੇ ਆਂ ਆਪਾਂ ਇਹਨੂੰ ਤੇ ਜਿਹੜਾ ਪੈਡੀ ਹਸ ਕੇ ਇਸੇ ਕਲੀਨ ਫਿਊਲ ਇਹਦੇ ਵਿੱਚ ਐਸਪੀਐਮਈ ਜਨਰੇਟ ਹੁੰਦਾ ਇਹਦੇ ਨਾਲ ਆਪਾਂ ਨੂੰ ਛਿੱਕਾਂ ਆ ਸਕਦੀਆਂ ਨੇ ਅੱਖਾਂ ਦੇ ਵਿੱਚ ਇਰਿਟੇਸ਼ਨ ਹੋ ਸਕਦੀ ਹੈ ਸਾਨੂੰ ਮਾੜੀ ਮੋਟੀ ਗਲੇ ਦੇ ਵਿੱਚ ਖਰਾਸ਼ ਹੋ ਸਕਦੀ ਹੈ ਖਾਂਸੀ ਟਾਈਪ ਹੋ ਸਕਦੀ ਹੈ ਲੇਕਿਨ ਮੇਜਰਲੀ ਜੇ ਜੇ ਜ਼ਿਆਦਾ ਗ੍ਰੀਵ ਹੋ ਜਾਵੇ ਜੇ ਉਹਦੇ ਚ ਫਲੂ ਜ਼ਿਆਦਾ ਹੋ ਜਾਵੇ ਤਾਂ ਸਾਨੂੰ ਫਿਰ ਲਾਂਸ ਦੀ ਪ੍ਰੋਬਲਮ ਹੋ ਸਕਦੀ ਹੈ ਤੇ ਜਿਹੜੀ ਹੁਣ ਫੇਲਰ ਲੱਗ ਰਿਹਾ ਹੈ ਇਹ ਮੈਜਰਲੀ ਬਿਕਾਜ਼ ਆਫ ਗਰਾਊਂਡ ਵਾਟਰ ਦ ਪਰਕੂਲੇਸ਼ਨ ਹੈਜ਼ ਗੋਨ ਸੋ ਹਾਈ ਰੈਸ ਰੈਸ ਕੇ ਪਾਣੀ ਜ਼ਮੀਨ ਦੇ ਵਿੱਚ ਇੰਨਾ ਥੱਲੇ ਚਲੇ ਗਿਆ ਹੈ ਇਹਨਾਂ ਦਾ ਪੋਲੂਸ਼ਨ ਵਾਟਰ ਕਿ ਉਹਨੇ ਹੁਣ ਗਰਾਊਂਡ ਵਾਟਰ ਨੂੰ ਕੰਟਾਮਿਨੇਟ ਕੀਤਾ ਹੋਇਆ ਥੱਲੇ ਕਿਉਂਕਿ ਬੋਰਿੰਗ ਕੀਤੀ ਬੋਰਿੰਗ ਜਦੋਂ ਸਟਾਰਟ ਕਰਕੇ ਦੇਖਦੇ ਆ ਤੇ ਬਰਾਊਨਿਸ਼ ਵਾਟਰ ਯੂ ਯੂ ਕੈਨ ਰੀਡ ਥਿਸ ਇਨ ਥਿਸ ਰਿਪੋਰਟ ਥੈਟ ਵਾਟਰ ਇਜ਼ ਬਰਾਊਨਿਸ਼ ਦ ਦ ਪੀ ਐਚ ਪੀ ਐਚ ਇਜ਼ ਲੋ ਉਦੀ ਜਿਹੜੀ ਬਦਬੂ ਹੈ ਉਹ ਸ਼ਰਾਬ ਵਰਗੀ ਹੈ ਸ਼ਰਾਬ ਵਰਗੀ ਬਦਬੂ ਹੈਗੀ ਹੈ ਤੁਸੀਂ ਘਰੇ ਦੇ ਵਿੱਚ ਖੁਦ ਆਪਣੇ ਘਰੇ ਕਿਸ ਚੀਜ਼ ਨੂੰ ਐਕਸਪੈਰੀਮੈਂਟ ਕਰਕੇ ਦੇਖੋ ਕਿ ਤੁਸੀਂ ਕੁਝ ਫਰੂਟਸ ਨੂੰ ਇਕੱਠੇ ਕਰਕੇ ਘਰੇ ਵਿੱਚ ਪਾ ਕੇ ਤੇ ਉਹਨੂੰ ਉਹਨੂੰ ਫਰਮੈਂਟੇਸ਼ਨ ਕਰਕੇ ਉਹਦੀ ਦੇਖੋ ਤੁਹਾਨੂੰ ਉਹਦਾ ਆਪਣੇ ਆਪ ਪਤਾ ਲੱਗ ਜਾਏਗਾ ਕਿ ਉਹਦੇ ਵਿੱਚੋਂ ਤੁਸੀਂ ਕੀ ਐਕਸਟ੍ਰੈਕਟ ਕਰ ਸਕਦੇ ਹੋ ਹਾਂ 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 ਮਤਲਬ ਇਹ ਜਿਹੜੀ ਸਾਡੇ ਰਿਸਰਚ ਅਸੀਂ ਦੇਖਦੇ ਪਏ ਆ ਇਹ ਬੇਸਿਕਲੀ ਅਜੀ ਜ਼ਵਾਬਾ ਇਥੋਪੀਆ ਦੇ ਵਿੱਚ ਜਦੋਂ ਉਹ ਚੀਜ਼ ਉਹ ਘਟਨਾ ਵਰਤਦੀ ਹੈ ਉਸ ਤੋਂ ਬਾਅਦ ਰਿਸਰਚ ਕੀਤੀ ਜਾਂਦੀ ਹੈਗੀ ਹੈ ਔਰ ਸਰ ਜਿਹੜਾ ਜ਼ੀਰੇ ਦੀ ਫੈਕਟਰੀ ਨੂੰ ਅਸੀਂ ਜਦੋਂ ਉਹਦੇ ਤੱਤ ਖੰਗਾਲਣ ਦੀ ਕੋਸ਼ਿਸ਼ ਕਰਦੇ ਆਂ ਉੱਥੋਂ ਦਾ ਪਾਣੀ ਜਿਹੜਾ ਹੈਗਾ ਇਟਸ ਕੰਟਾਮਿਨੇਟਿਡ ਔਰ ਲੋਕਾਂ ਦੀ ਸ਼ਿਕਾਇਤ ਇਹ ਸੀਗੀ ਕਿ ਲਾਨ ਵਰਗੀ ਉਹਦੇ ਚੋ ਬੋ ਆਂਦੀ ਵੀ ਐ ਔਰ ਲੋਕਾਂ ਦੀਆਂ ਕਿਡਰੀਆਂ ਫੇਲ ਹੋ ਗਈਆਂ ਲੋਕਾਂ ਨੂੰ ਕੈਂਸਰ ਹੋ ਗਿਆ ਲੋਕੀ ਮਰਦੇ ਪਏ ਐ ਲੋਕੀ ਬਿਮਾਰ ਨੇ ਉਥੇ ਬਿਲਕੁਲ ਸਹੀ ਐ ਕਿਉਂਕਿ ਜਿਹੜਾ ਜਿਹੜਾ ਐਸਿਡਿਕ ਵਾਟਰ ਹੈ ਜਿਹਦੀ ਪੀ ਐਚ ਲੋ ਹੈ ਜਿਹਨੂੰ ਟ੍ਰੀਟ ਨਹੀਂ ਕੀਤਾ ਗਿਆ ਜਦ ਜ ਬੀਓਡੀ ਐਂਡ ਸੀਓਡੀ ਇਸ ਹਾਈ ਹੈ ਇਹਦੇ ਨਾਲ ਬੋਡੀ ਪਾਸ ਤੇ ਇਫੈਕਟ ਆਨੇ ਹੀ ਹੈਗਾ ਤੁਸੀਂ ਆਪਾ ਇਹਨੂੰ ਥੋੜਾ ਜਿਹਾ ਤੁਸੀਂ ਸਰ ਹੋਰ ਇਹਨੂੰ ਆਸਾਨ ਕਰ ਦਿਓ ਪੀ ਐਚ ਲੈਵਲ ਔਰ ਇਹ ਚੀਜ਼ਾਂ ਕੀ ਹੈ ਕਿ ਨਾ ਕਿ ਆਸਾਨ ਪਾਸ਼ਾ ਚ ਲੋਕ ਸਭ ਪੀ ਐਚ ਇਸ ਅ ਮੈਜ਼ਰਮੈਂਟ ਦਾ ਫੀਨੋਮੈਨਾ ਹੈਗਾ 0 ਤੋਂ 14 ਦੇ ਵਿੱਚ ਜਿਹੜਾ ਪਾਣੀ ਨੂੰ ਆਪਾਂ ਜਦੋਂ ਆਪਾਂ ਚੈੱਕ ਕਰਦੇ ਆਂ ਤੇ 0 ਤੋਂ 14 ਦੇ ਵਿੱਚ ਇਹਦੀ ਆਪਾਂ ਪੀ ਐਨ ਦੇਖਦੇ ਆਂ ਜੇ ਆਪਾਂ 0 ਤੋਂ 7 ਤੱਕ ਹੋਵੇ ਤਾਂ ਆਪੇ ਬਿਲੋ 7 ਤੱਕ ਹੋਵੇ ਤਾਂ ਆਪਾਂ ਇਹਨੂੰ ਐਸਿਡਿਕ ਕਿੰਨੇ ਆ ਜੇ 7 ਐਂਡ ਅਬੋਵ ਚਰਨਤਾ ਖੁੰਦੀਆ ਤੇ ਇਹਨੂੰ ਅਲਕੈਲਿਕ ਕਿਨੇ ਆਪਾਂ ਛਾਰੀ ਤੇ ਅਮ ਛਾਰੀ ਵਾਟਰ ਜੇ ਅਲਕੈਲੀ ਵਾਟਰ ਹੋ ਗਿਆ ਤੇ ਐਸਿਡਿਕ ਵਾਟਰ ਜੇ ਬਿਲੋ 7 ਹੋ ਗਿਆ ਜਿਹੜਾ ਜਿਹੜੀ ਲਿਮਿਟ ਹੈਗੀ ਆ ਜੇ ਲਿਮਿਟ 5 ਪੀਐਚ ਤੋਂ ਥੱਲੇ ਚਲੀ ਜਾਂਦੀ ਆ ਤੇ ਇਹ ਹੁਣ ਇੰਨਾ ਵਾਟਰ ਇੰਨਾ ਖਰਾਬ ਹੋ ਗਿਆ ਕੰਟਾਮਿਨੇਟ ਹੋ ਗਿਆ ਹੈ ਕਿ ਤੁਸੀਂ ਉਹਨੂੰ ਪੀਓਗੇ ਤਾਂ ਉਹਦਾ ਤੁਹਾਡੇ ਸਰੀਰ ਦੇ ਉੱਤੇ ਇਫੈਕਟ ਆਏਗਾ ਉਹ ਤੁਹਾਡੇ ਲੀਵਰ ਦੇ ਉੱਤੇ ਤੇ ਤੁਹਾਡੀ ਕਿਡਨੀਜ਼ ਦੇ ਉੱਤੇ ਇਫੈਕਟ ਆਣੇ ਹੀ ਹੈਗਾ ਉਹਨਾਂ ਤੇ ਜੇ ਹੁਣ ਪਾਣੀ ਦੇ ਵਿੱਚੋਂ ਬੋਹ ਆ ਰਹੀ ਹੈ ਪਾਣੀ ਵਿੱਚੋਂ ਬਦਬੂ ਆ ਰਹੀ ਹੈ ਇਹ ਤੁਸੀਂ ਅਗਰ ਇੱਥੇ ਐਕਸਪੈਰੀਮੈਂਟ ਕਰ ਸਕਦੇ ਹੋ ਤਾਂ ਯੂ ਕੈਨ ਯੂ ਕੈਨ ਇਨ ਦਾ ਪੈਰੀਫਰੀ ਆਫ ਦੈਟ ਕੰਪਨੀ ਯੂ ਕੈਨ ਡੂ ਸਮ ਬੋਰ ਵੈਲਿੰਗ देयर ਅਰਾਊਂਡ ਦ ਕੰਪਨੀਆਂਸ ਐਂਡ ਯੂ ਕੈਨ ਕਲੈਕਟ ਦ ਵਾਟਰ ਸੈਂਪਲਸ ਐਂਡ ਦੈਨ ਅਗੇਨ ਯੂ ਕੈਨ ਚੈੱਕ ਥਿਸ ਇਫ ਥਿਸ ਕੈਨ ਨੋਟ ਬੀ ਡਨ ਐਂਡ ਯੂ ਫਾਈਂਡ ਦੈਟ ਥਿਸ ਇਜ਼ ਨੋਟ ਰਿਲਾਇਬਲ ਆਪਾਂ ਕਿਸੇ ਤੇ ਭਰੋਸਾ ਨਹੀਂ ਕਰਦੇ ਆਪਾਂ ਇੱਥੇ ਨਹੀਂ ਕਾਣਾ ਚਾਹੁੰਦੇ ਤੁਸੀਂ ਇਸ ਦੇ ਸੈਂਪਲ ਪਰਸਨਲ ਲੈਵਲ ਤੇ ਕਲੈਕਟ ਕਰੋ ਤੇ ਤੁਸੀਂ ਇਹਨਾਂ ਨੂੰ ਬਾਹਰ ਆਊਟਸਾਈਡ ਦਾ ਕੰਟਰੀ ਦਾ ਆਊਟਸਾਈਡ ਦਾ ਸਟੇਟ ਤੁਸੀਂ ਇਹਨਾਂ ਨੂੰ ਚੈੱਕ ਕਰਾ ਕੇ ਚੈੱਕ ਕਰਾ ਕੇ ਤੇ ਫਿਰ ਤੁਸੀਂ ਰਿਪੋਰਟ ਸਬਮਿਟ ਕਰ ਸਕਦੇ ਹੋ ਕਿਉਂਕਿ ਮੈਨੀਪੂਲੇਸ਼ਨ ਹੋ ਕੇ ਪ੍ਰੈਸ਼ਰ ਨਾਲ ਤੁਸੀਂ ਲੋਕਾਂ ਨੂੰ ਦਬਾ ਨਹੀਂ ਸਕਦੇ ਮੈਨੀਪੂਲੇਸ਼ਨ ਕਰਕੇ ਤੁਸੀਂ ਇਹਨੂੰ ਮੈਨੇਜ ਨਹੀਂ ਕਰ ਸਕਦੇ ਸਿਚੁਏਸ਼ਨ ਨੂੰ ਤੁਹਾਨੂੰ ਅਲਟੀਮੇਟਲੀ ਦੋ ਚੀਜ਼ਾਂ ਕਰਨੀਆਂ ਪੈਣੀਆਂ ਪੈਸਾ ਖਰਚ ਕਰਨਾ ਪੈਣਾ ਲੋਕਾਂ ਦਾ ਕੰਫੀਡੈਂਸ ਵਧਾਉਣਾ ਪੈਣਾ ਉਸ ਪਾਣੀ ਖਰਾਬ ਹੋਏ ਨੂੰ ਪੀ ਕੇ ਲੋਕਾਂ ਨੂੰ ਦਿਖਾਉਣਾ ਪੈਣਾ ਤਾਂ ਕਿ ਉਹਨਾਂ ਦੇ ਵਿੱਚ ਵਿਸ਼ਵਾਸ ਜਾਗੇ ਉੱਤੇ ਪੈਸਾ ਖਰਚ ਹੋਊਗਾ ਇੰਜੀਨੀਅਰਿੰਗ ਕੰਟਰੋਲ ਆਣਗੇ ਕੰਟਰੋਲ ਬੋਰਡ ਆਪਦੇ ਉਹਦੇ ਵਿੱਚ ਪ੍ਰੈਜੈਂਸ ਦਿਖਾਊਗਾ ਇਨਵੋਲਵਮੈਂਟ ਦਿਖਾਊਗਾ ਤਾਂ ਪ੍ਰੋਬਲਮ ਸੋਲਵ ਹੋਏਗੀ ਜਾ ਕੇ ਸਰ ਤੁਸੀਂ ਜਦੋਂ ਇਹ ਰਾਜਸਥਾਨ ਦੀਆਂ ਡਿਸਟਿਲਰੀਆਂ ਦਾ ਐਗਜ਼ਾਮਪਲ ਦਿੰਨੇ ਹੋ ਤਾਂ ਉਹਦੇ ਸਾਹਮਣੇ ਸਾਡੇ ਕੋਲ ਜੀਰੇ ਫੈਕਟਰੀ ਦਾ ਐਗਜ਼ਾਮਪਲ ਹੈਗਾ ਉੱਥੋਂ ਦੀਆਂ ਡਿਸਟਿਲਰੀਆਂ ਤੇ ਇੱਥੇ ਦੀ ਜਿਹੜੀ ਡਿਸਟਿਲਰੀ ਹੈਗੀ ਆ ਜੀਰਾ ਫੈਕਟਰੀ ਮਾਲਬਰੋਸ ਫੈਕਟਰੀ ਫਰਕ ਕਿੱਥੇ ਰਹਿ ਗਿਆ ਸਰ ਉੱਥੇ ਉਹਨਾਂ ਨੇ ਜ਼ੀਰੋ ਲਿਕੁਇਡ ਡਿਸਚਾਰਜ ਤੁਸੀਂ ਜਿਵੇਂ ਕਹਿੰਨੇ ਪਿਓ ਉਹਨਾਂ ਦਾ ਜ਼ੀਰੋ ਲਿਕੁਇਡ ਡਿਸਚਾਰਜ ਹੈਗਾ ਬਾਹਰ ਪਾਣੀ ਜਾਂਦਾ ਨਹੀਂ ਪਿਆ ਲੋਕੀ ਪਰੇਸ਼ਾਨ ਨਹੀਂ ਹੁੰਦੇ ਪਏ ਕਰ ਤਾਂ ਇਹ ਵੀ ਸਕਦੇ ਹੈਗੇ ਆ ਪਰ ਉਹਨਾਂ ਨੇ ਕਰ ਲਿਆ ਤੇ ਇਹਨਾਂ ਨੇ ਕਿਉਂ ਨਹੀਂ ਕੀਤਾ ਇਹਦੇ ਪਿੱਛੇ ਕਾਰਨ ਕੀ ਹੈ ਮੈਂ ਜਿਹੜਾ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ ਮੈਂ ਇਨਫੈਕਟ ਫਰਟੀਲਾਈਜ਼ਰ ਦਾ ਐਗਜ਼ਾਮਪਲ ਦੇ ਰਿਹਾ ਸੀ ਥੇਰ ਆ 10 ਕੰਪਨੀਆਂ ਜਿਹੜੀਆਂ ਹੈਗੀਆਂ ਨੇ ਮੋਸਟ ਪੋਲੂਸ਼ਨ ਜਨਰੇਟਡ ਮੰਨਿਆ ਜਾਂਦਾ ਹੈ 10 ਕੰਪਨੀਆਂ ਨੂੰ ਉਹਦੇ ਵਿੱਚੋਂ ਡਿਸਟਰੀ ਇੱਕ ਹੁੰਦੀ ਹੈ ਹੁਣ ਮੈਂ ਤੁਹਾਨੂੰ ਜਿਹੜਾ ਐਗਜ਼ਾਮਪਲ ਦੇ ਰਿਹਾ ਸੀ ਉਹ ਇੱਕ ਫਰਟੀਲਾਈਜ਼ਰ ਇੰਡਸਟਰੀ ਦਾ ਦੇ ਰਿਹਾ ਸੀਗਾ ਰਾਜਸਥਾਨ ਦੀਆਂ ਹਾਂਜੀ ਮੈਂ ਇੱਕ ਫਰਟੀਲਾਈਜ਼ਰ ਦਾ ਦੇ ਰਿਹਾ ਸੀ ਅੱਛਾ ਜਿਹਦੇ ਵਿੱਚ ਮੈਂ ਦੇਖ ਰਿਹਾ ਕਿ ਵੈਲ ਮੈਨੇਜਡ ਹੈ ਅਸੀਂ ਪਾਣੀ ਦੀ ਇੱਕ ਬੂੰਦ ਵੀ ਬਾਹਰ ਕੰਪਨੀ ਤੋਂ ਬਾਹਰ ਨਹੀਂ ਛੱਡਦੇ ਹੁਣ ਤੁਸੀਂ ਦੇਖੋ ਕਿ ਇੱਕ ਇੱਕ ਦੋਸੀ ਕੰਪਨੀ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ 450 ਹੈਕਟੇਰ ਦੇ ਵਿੱਚ ਉਹ ਕੰਪਨੀ ਲੱਗੀ ਹੋਈ ਹੈ 8000 ਟਨਸ ਆਫ ਯੂਰੀਆ ਬੰਦਾ ਉਹਦੇ ਵਿੱਚ ਜ਼ੀਰੋ ਡਿਸਚਾਰਜ ਹੈਗਾ ਏਟੀਪੀ ਪਲੈਂਟ ਵੈਲ ਫੰਕਸ਼ਨ ਕਰਦਾ ਹੈ ਸਪੈਸੀਫਿਕੇਸ਼ਨ ਜਿਹੜੇ ਹੈਗੇ ਨੇ ਕੰਟਰੋਲ ਬੋਰਡ ਦੇ ਉਹ ਵੈਲ ਮੈਨੇਜਡ ਹੈਗੇ ਨੇ ਉਹਨਾਂ ਦੇ ਵਿੱਚ ਕੋਈ ਫਲੌ ਨਹੀਂਗਾ ਪੂਰੇ ਇੰਜੀਨੀਅਰਿੰਗ ਐਡਮਿਨਿਸਟ੍ਰੇਟਿਵ ਕੰਟਰੋਲ ਵਰਕ ਕਰ ਰਹੇ ਨੇ ਉਹ ਪਾਣੀ ਜਿਹੜਾ ਏਟੀਪੀ ਦੇ ਵਿੱਚੋਂ ਜਾਂਦਾ ਹੈ ਉਹ ਆਰਓ ਪਲੈਂਟ ਦੇ ਥਰੂ ਉਹਨੂੰ ਪ੍ਰੋਸੈਸ ਕਰਕੇ ਪੀ ਵੀ ਸਕਦੇ ਆ ਤੁਸੀਂ ਪਾਣੀ ਨੂੰ ਉਸ ਪਾਣੀ ਨੂੰ ਇਹ ਆਪਦੇ ਪ੍ਰੋਸੈਸ ਵਿੱਚ ਯੂਜ਼ ਕਰਦੇ ਨੇ ਉਹਨੂੰ 쿨ਿੰਗ ਟਾਵਰ ਤੇ ਦੇ थ्रू ਪਾਸ ਕਰਕੇ ਅਗੇਨ ਪ੍ਰੋਸੈਸ ਦੇ ਵਿੱਚ ਲੈਂਦੇ ਨੇ ਉਹਨੂੰ ਜਾਂ ਉਹਨੂੰ ਗ੍ਰੀਨ ਬੈਲਟ ਡਵੈਲਪ ਕੀਤੀ ਹੋਈ ਕੰਪਨੀ ਦੇ 400 ਹੈਕਟੇਰ ਦੇ ਵਿੱਚ ਤੁਸੀਂ ਗ੍ਰੀਨ ਬੈਲਟ ਡਵੈਲਪ ਕਰਕੇ ਜੰਗਲ ਆਫ ਦਾ ਡਵੈਲਪ ਕੀਤਾ ਹੋਇਆ ਤੁਸੀਂ ਦਿਖਾ ਸਕਦੇ ਆ ਲੋਕਾਂ ਨੂੰ ਦਾ ਵਾਟਰ ਨਾਊ ਸਪੋਜ਼ ਆਪ ਸਾਡੇ ਕੋਲ ਪਾਣੀ ਹੈ ਇਹਨੂੰ ਇਹਨੂੰ ਮੈਨੂਅਲ ਸ਼ੱਕ ਹੈ ਕਿ ਪਾਣੀ ਠੀਕ ਦੇਗਾ ਲੇਕਿਨ ਅਗਰ ਆਪਾਂ ਇਹਨੂੰ ਸੈਂਟੀਫਿਕਲੀ ਪ੍ਰੂਵ ਕਰੀਏ ਦੇ ਕੋ ਦੂਜਾ ਬੰਦਾ ਜਿਹਦੇ ਤੇ ਆਪਾਂ ਬਲੇਮ ਲਾ ਰਹੇ ਆ ਉਹ ਉਹ ਨੂੰ ਪੀ ਕੇ ਦਿਖਾਵੇ ਪੀ ਕੇ ਦਿਖਾਵੇ ਵਿਸ਼ਵਾਸ਼ਾਇਕ ਹੇ ਸੰ ਸਿਮਿਲਰਲੀ ਦ ਪਲੈਂਟ ਦੇ ਹੈਵ ਸਪੈਂਡ ਮਨੀ ਔਨ ਟੂ ਫॉर द ਸੇਕ ਆਫ ਪੀਪਲਸ ਹੈਲਥ ਔਰ ਆਪਾਂ ਕਹੇ ਦਿਓ ਗਵਰਨਰ ਦਾ ਡਰਾ ਡੰਡੇ ਦਾ ਡਰਾ ਭਾਈ ਮੈਨੂੰ ਜੇਲ ਨਾ ਹੋ ਜਾਵੇ ਮੈਨੂੰ ਡਰ ਜੇ ਮੇਰਾ ਡਾਰੀ ਖਤਮ ਹੋ ਗਿਆ ਜੇ ਮੈਂ ਐਡਮਿਨਿਸਟ੍ਰੇਸ਼ਨ ਨੂੰ ਮੈਨੇਜ ਕਰਕੇ ਚੱਲਣ ਲੱਗ ਗਿਆ ਫਿਰ ਮੈਂ ਆਪਦਾ ਪੈਸਾ ਖਰਚ ਨਹੀਂ ਕਰੂੰਗਾ ਮੈਂ ਆਪਦਾ ਮੈਕਸਿਮਮ ਪ੍ਰੋਫਿਟ ਜਨਰੇਟ ਕਰੂੰਗਾ ਤੇ ਨਿਕਲ ਜਾਊਂਗਾ ਇਥੋਂ and this is uh, this is the concern all over the world so this is the clear example of generating maximum profit oh through zero factory to jehdiya chizza ho sakdiyan sigiyan oh na karke oh paisa bacha liya gaya aur maximum profit utcho kadhya gaya bilkul hmm. bhai tusi par hun ta sir oh dikha rahe sige video de vich ke ohna ne ro treatment plant lagaate oh hi pani oh dobara ohde ch use karde paye hai dobara oh hi pani nu no, osi ਫਲੋ ਚਾਰਟ ਦੇ ਵਿੱਚ ਦੁਬਾਰਾ ਲੈ ਆਂਦੇ ਆ ਕਮੇਟੀ ਫਾਰਮ ਕਰਕੇ ਜਿਹਦੇ ਵਿੱਚ ਸਾਰੇ ਮੈਂਬਰ ਹੋਣ ਇਸ ਨੂੰ ਇਸਟੈਬਲਿਸ਼ ਕਰਕੇ ਦਿਖਾਇਆ ਜਾਵੇ ਫੈਕਟ ਨੂੰ ਕਿਉਂਕਿ ਜਿਹੜਾ ਫੈਕਟ ਹੈਗਾ ਉਹਨੂੰ ਤਾਂ ਸਟੈਬਲਿਸ਼ ਕਰਕੇ ਹੀ ਦਿਖਾਣਾ ਪੈਣਾ ਸਾਨੂੰ ਅਸੀਂ ਲੋਕਾਂ ਨੂੰ ਬਿਫੂਲ ਤਾਂ ਨਹੀਂ ਕਰ ਸਕਦੇ ਔਰ ਜਿਹੜੀ ਚੀਜ਼ ਦੇ ਉੱਤੇ ਸਾਡੀ ਅਸੈਂਬਲੀ ਦੇ ਵਿੱਚ ਡਿਸਕਸ਼ਨ ਹੋ ਚੁੱਕਿਆ ਹੈ ਤੇ ਇਸ ਕੇਸ ਨੂੰ ਸਟਡੀ ਕਰਨ ਵਾਸਤੇ ਆਦੇਸ਼ ਪਾਰਟ ਕੀਤੇ ਹੋਏ ਨੇ ਕਿ ਤੁਸੀਂ ਭਾਈ ਜਾ ਕੇ ਉਹਨੂੰ ਦੇਖੋ ਤੇ ਉਸ ਤੋਂ ਬਾਅਦ ਵੀ ਅਗਰ ਇਹ ਮੈਨੇਜ ਹੀ ਹੋ ਹੋ ਕੇ ਹੌਲੀ ਹੌਲੀ ਮੈਨੇਜ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਵੀ ਕੈਨ ਨਾਟ ਵੀ ਕੈਨ ਨਾਟ ਸੇ ਦੈਟ ਅੰਟਿਲ ਵੀ ਹੈਵ ਸਮ ਫੈਕਟ ਲੇਕਿਨ ਇਹ ਜਰੂਰ ਹੈਗਾ ਕਿ ਉਸ ਨੂੰ ਇੰਪਰੂਵ ਕੀਤਾ ਜਾ ਸਕਦਾ ਸਰ ਸਾਡੇ ਕੋਲ ਦੋਵੇਂ ਉਦਾਹਰਣਾਂ ਹੈਗੀਆਂ ਨੇ ਇੱਕ ਤਾਂ ਥੋਪੀਆ ਦੀ ਹੈਗੀ ਉੱਥੇ ਵੀ ਅਸੈਂਬਲੀ ਦੇ ਵਿੱਚ ਇਸ ਜੀ ਨੂੰ ਲੈ ਕੇ ਡਿਸਕਸ਼ਨ ਹੋਈ ਸਾਡੇ ਇੱਥੇ ਵੀ ਹੋਈ 2010 ਦੀ ਵਿਧਾਨ ਸਭਾ ਰਿਪੋਰਟ ਵੀ ਹੈਗੀ ਜਿੱਦੇ ਸਪੈਸ਼ਲੀ ਕਮੇਟੀ ਤਿਆਰ ਕੀਤੀ ਗਈ ਜਿਨ੍ਹਾਂ ਨੇ ਜਾ ਕੇ 11 ਡਿਸਟਿਲਰੀਆਂ ਜਿਹੜੀਆਂ ਪੰਜਾਬ ਦੀਆਂ ਸੀਆਂ ਉਹਨਾਂ ਦਾ ਦੌਰਾ ਕੀਤਾ ਉਹਦੇ ਚੋਂ ਜ਼ੀਰਾ ਫੈਕਟਰੀ ਉਦੋਂ ਵੀ ਡਿਫਾਲਟ ਮੰਨੀ ਗਈ ਸੀ ਕਿ ਹਾਂ ਵੀ ਇਹ ਇਸ ਤਰੀਕੇ ਉਨ੍ਹਾਂ ਦੀ ਅਸੈਂਬਲੀ ਨੇ ਇਹੋ ਜਿਹੇ ਕਿਹੜੇ ਸਟੈਪਸ ਮੈਜਰਸ ਲਿੱਤੇ ਔਰ ਸਾਡੀ ਵਾਲੀ ਨਾ ਖੈਰ ਸਾਡੇ ਸਾਹਮਣੇ ਹੀ ਨਹੀਂ ਲਿੱਤੇ ਤੇ ਬੰਦੇ ਮਰਦੇ ਪਏ ਆ ਨਾਓ ਆਈ ਟੈਲ ਯੂ ਦ ਓਨਰਸ ਮਸਟ ਬੀ ਟੋਲਡ ਵੈਰੀ ਕਲੀਅਰਲੀ ਦ ਸ਼ਟ ਡਾਊਨ ਯੋਰ ਯੂਨਿਟ ਇਫ ਯੂ ਕੈਨੋਟ ਇੰਪਰੂਵ ਇਟ ਇਹ ਉੱਥੇ ਹੋਇਆ ਦ ਇਜ਼ ਯੂ ਸ਼ਟ ਡਾਊਨ ਯੋਰ ਯੂਨਿਟ ਇਫ ਯੂ ਕੈਨੋਟ ਇੰਪਰੂਵ ਇਟ ਬੰਦ ਕਰੋ ਭਾਈ ਦ ਅਗਰ ਤੁਹਾਡੇ ਵਿੱਚ ਇਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਬੋਲੋ ਭਾਈ ਆ ਜੇ ਤੁਸੀਂ ਮੈਨੇਜ ਨਹੀਂ ਕਰ ਸਕਦੇ ਤਾਂ ਤੁਸੀਂ ਇਹਨੂੰ ਬੰਦ ਕਰੋ ਜੇ ਉਹ ਬੰਦ ਨਹੀਂ ਕਰਦੇ ਤਾਂ ਤੋਂ ਤੁਸੀਂ ਉਹਨਾਂ ਚੱਕੇ ਜਿਲ੍ਹਾ ਸਟੋ ਫਿਰ ਤੁਸੀਂ ਹੁਣ ਤੁਸੀਂ ਦੱਸੋ ਮੈਂ ਇਹ ਕਰਿਆ ਕਿ ਜੇ ਅਸੀਂ ਆਪਦੇ ਇਕੋ ਸਿਸਟਮ ਨੂੰ ਅਸੀਂ ਰਿਸਪੈਕਟ ਨਹੀਂ ਕਰਦੇ ਜੇ ਅਸੀਂ ਹੁਣ ਅੱਗੇ ਆ ਕੇ ਆਪਦੀ ਲੇਗੇਸੀ ਜਿਹੜੀ ਆ ਅਸੀਂ ਇਸ ਸੰਸਾਰ ਤੋਂ ਉੱਠ ਕੇ ਚਲੇ ਜਾਵਾਂਗੇ ਆਪਦੇ ਬੱਚਿਆਂ ਵਾਸਤੇ ਕੀ ਛੱਡ ਕੇ ਜਾਣਾ ਹੈ ਪਿੱਛੇ ਸਾਡਾ ਦੇਖੋ ਸਾਡਾ এনवायरमेंट ਹੁਣ ਪਲੂਟ ਹੋ ਗਿਆ ਹੈ ਸਾਡੇ ਸਾਨੂੰ ਹੈਲਥ ਅਸੀਂ ਹੈਲਥ ਦੇ ਪਤੀ ਇੰਨੇ ਕੌਨਸ਼ੀਅਸ ਇੰਨੇ ਕੰਸਰਨ ਹੋ ਗਏ ਆ ਕਿ ਹਵਾ ਪਾਣੀ ਦੂਸ਼ਿਤ ਹੋ ਗਿਆ ਹੈ ਤੇ ਸਾਨੂੰ ਇਹਨੂੰ ਪੀਣ ਨੂੰ ਡਰ ਲੱਗਦਾ ਹੈ ਹਵਾ ਦੇ ਵਿੱਚ ਜਾਨ ਤੋਂ ਪਹਿਲਾਂ ਸਾਨੂੰ ਇਸ এনवायरमेंट ਦੇ ਵਿੱਚ ਨਿਕਲ ਤੋਂ ਪਹਿਲਾਂ ਸਾਨੂੰ ਮਾਸਕ ਲਾਉਣੀ ਪੈਂਦੇ ਨੇ ਅਸੀਂ ਉਹਨੂੰ ਸਾਨੂੰ ਪ੍ਰੋਫਿਟ ਜਨਰੇਸ਼ਨ ਚਾਹੀਦਾ ਹੈ ਜਾਂ ਸਾਨੂੰ ਹੈਲਥ ਚਾਹੀਦੀ ਹੈ ਇਹ ਚੋਇਸ ਇਹ ਤਾਂ ਇਹ ਇਹ ਸਾਨੂੰ ਬੈਠ ਕੇ ਡਿਸਾਈਡ ਕਰਨਾ ਪੈਣਾ ਹੈ ਮਤਲਬ ਉੱਥੇ ਜਦੋਂ ਅਸੈਂਬਲੀ ਦੇ ਵਿੱਚ ਡਿਸਕਸ਼ਨ ਹੋਈ ਸੀ ਤਾਂ ਉਹਨਾਂ ਨੇ ਸਾਫ਼ ਇਹ ਕਹਿ ਦਿੱਤਾ ਕਿ ਆਪਣੀਆਂ ਡਿਸਟਿਲਰੀਆਂ ਬੰਦ ਕਰੋ ਨਹੀਂ ਤਾਂ ਫਿਰ ਜੇ ਬੰਦ ਕਰੋ ਜੇ ਤੁਸੀਂ ਉਹਨੂੰ ਇੰਪਰੂਵ ਨਹੀਂ ਕਰ ਸਕਦੇ ਤਾਂ ਮੈਨੇਜ ਕਰਨਾ ਬੰਦ ਕਰੋ ਮੈਨੇਜ ਕਿੱਦਾ ਕਰ ਰਹੇ ਨੇ ਤੁਸੀਂ ਦਿਖਾ ਰਹੇ ਹੋ ਇਹ ਤਾਂ ਹੁਣ ਵੀ ਇਹਨਾਂ ਨੇ ਆਪਦੇ ਸੈਂਪਲ ਲੈ ਕੇ ਤੇ ਹਾਈ ਕੋਰਟ ਦੇ ਵਿੱਚ ਲੈ ਗਏ ਤੇ ਉਹਨਾਂ ਨੂੰ ਦਿਖਾ ਦਿੱਤਾ ਨੋਟ ਲਗਾ ਕੇ ਲੈ ਕੇ ਕਿ ਯਸ ਅਗਰ ਤੁਸੀਂ ਮੈਨੂੰ ਮੰਨ ਲਓ ਆਪ ਕਲੀਨ ਵਾਟਰ ਪਿਆ ਹੈ ਤੇ ਪ੍ਰਦੂਸ਼ਿਤ ਵਾਟਰ ਨਹੀਂਗਾ ਮੈਂ ਇਹਨੂੰ ਚੈੱਕ ਕਰੂੰਗਾ ਬਿਲਕੁਲ ਸਹੀ ਮਿਲੂਗਾ ਕਿਉਂਕਿ ਮੈਂ ਤਾਂ ਕਲੀਨ ਵਾਟਰ ਦੀ ਤਾਂ ਮੈਂ ਸੈਂਪਲ ਕਰਾ ਕੇ ਦਿਖਾਏ ਨੇ ਭਾਈ ਜਿਹੜੇ ਹਾਈ ਮੰਨੇ ਹਾਈ ਕੋਰਟ ਦੇ ਵਿੱਚ ਕੋਈ ਚੀਜ਼ ਲੈ ਕੇ ਗਏ ਆਪਾਂ ਉਹਨਾਂ ਨੇ ਫੈਕਟ ਜਿਹੜੇ ਸਟੈਬਲਿਸ਼ ਨੇ ਉਹਨਾਂ ਨੂੰ ਚੈੱਕ ਕਰਨਾ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਰਿਪੋਰਟ ਦੇਣੀ ਹੈ ਪਰ ਜੇ ਆਪਾਂ ਪੋਲੂਟਡ ਵਾਟਰ ਦਾ ਸੈਂਪਲ ਲਾ ਜਾ ਕੇ ਕਰਾਵਾਂਗੇ ਤੇ ਪੋਲੂਟਡ ਵਾਟਰ ਦਾ ਸੈਂਪਲ ਦਾ ਖਰਾਬ ਹੀ ਆਏਗਾ ਨਾ ਸਰ ਜਦੋਂ ਇਸ ਰਿਪੋਰਟ ਦੇ ਚੰਗੀ ਤਰ੍ਹਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਮੈਂ ਇਹ ਪੁਆਇੰਟ ਛੱਡਣਾ ਨਹੀਂ ਚਾਹੁੰਦਾ ਅਸੀਂ ਖੈਰ ਡਿਸਟਿਲਰੀਆਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਕਿਉਂਕਿ ਡਿਸਟਿਲਰੀਆਂ ਜਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਪਈਆਂ ਨੇ ਪੰਜਾਬ ਦੇ ਵਿੱਚ ਜਾਂ 올ਓਵਰ ਗਲੋਬ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਲੋਕ ਮਰਦੇ ਪਏ ਲੇਕਿਨ ਇੱਕ ਪੁਆਇੰਟ ਇਹਦੇ ਵਿੱਚ ਜਿੱਥੇ ਇਹ ਵੀ ਲਿਖਿਆ ਹੋਇਆ ਹੈ ਕਿ ਉਹ ਸੋਰਸ ਆਫ ਨਿਊਟ੍ਰੀਐਂਟਸ ਹੈਗਾ ਹੈ ਜ਼ਿੰਕ ਪੋਟਾਸ਼ੀਅਮ ਔਰ ਬਾਕੀ ਸਾਰੀਆਂ ਚੀਜ਼ਾਂ ਬਈ ਮੈਂ ਉਹਦੇ ਨਾਲ ਆਪਾਂ ਪੈਦਾਵਾਰ ਵਧਾ ਕੇ ਕੀ ਕਰਾਂਗੇ ਜੇ ਆਪਾਂ ਜਿੰਦਾ ਹੀ ਨਹੀਂ ਰਹੇ ਤਾਂ ਬਈ ਸਭ ਤੋਂ ਵੱਡੀ ਗੱਲ ਹੈ ਕਿ ਮੰਨ ਲਓ ਮੈਂ ਇਹ ਗੱਲ ਕਹਿੰਦਾ ਕਿ ਦੇ ਕੁਝ ਨਿਊਟ੍ਰੀਐਂਟਸ ਠੀਕ ਹੈਗੇ ਆ ਉਹ ਉਹ ਉਹਨਾਂ ਦੇ ਨਾਲ ਤੁਸੀਂ ਆਪਦੀ ਪੈਦਾਵਾਰ ਵਧਾ ਲਓਗੇ ਉਹਨੂੰ ਪੈਦਾਵਾਰ ਨੂੰ ਖਾਣ ਵਾਲਾ ਤਾਂ ਹੋਣਾ ਚਾਹੀਦਾ ਕੋਈ ਤੁਹਾਡੇ ਕੋਲੇ ਲੋਕੀ ਤਾਂ ਬਿਮਾਰ ਪਿਆ ਘਰਾਂ ਦੇ ਵਿੱਚ ਕਿਉਂਕਿ ਦਵਾਈਆਂ ਖਾ ਰਹੇ ਨੇ ਐਂਡ THEN ਕਮਸ ਦ ਪ੍ਰੋਬਲਮ ਆਫ এমਪਲੋਇਮੈਂਟ ਤੁਸੀਂ ਛਾਤੀ ਠੋਕੇ ਕਹਿੰਨੇ ਆ ਅਸੀਂ ਲੋਕਾਂ ਨੂੰ এমਪਲੋਇਮੈਂਟ ਦੇ ਰਹੇ ਹਾਂ ਹਾਂ ਬਈ ਸਾਡਾ ਲੱਖਾਂ ਰੁਪਈਆ ਮੰਨ ਲਓ ਇੱਕ ਬੰਦਾ ਤੁਸੀਂ ਐਮਪਲੋਏ ਕੀਤਾ ਕੰਪਨੀ ਦੇ ਵਿੱਚ ਉਹਨੂੰ 20000 ਰੁਪਏ ਮਹੀਨਾ ਤੁਸੀਂ ਮਿਨੀਮਮ ਇੱਕ ਅਕਸਰ ਹੀ ਦੇਖ ਰਹੇ ਹੋ ਵੀ 25000 ਰੁਪਏ ਤੁਸੀਂ ਉਹਨੂੰ ਸੈਲਰੀ ਦੇ ਰਹੋ। ਅਗਰ ਉਹਦੇ ਘਰ ਦੇ ਵਿੱਚ ਚਾਰ ਬੰਦੇ ਬਿਮਾਰ ਪਏ ਆ। ਕੋਈ ਕੈਂਸਰ ਤੋਂ ਪੀੜਤ ਹੈ, ਕੋਈ ਲੰਸ ਦੀ ਪ੍ਰੋਬਲਮ ਤੋਂ ਪੀੜਤ ਹੈ। ਲੋਕਾਂ ਨੂੰ ਰੋਟੀਆਂ ਨਹੀਂ ਪਚ ਰੀਆਂ। ਰੋਟੀ ਖਾਣਾ ਖਾ ਕੇ ਲੋਕ ਡਾਕਟਰਾਂ ਦੇ ਕੋਲੇ ਭੱਜ ਰਹੇ ਨੇ। ਸਾਡੀ ਬੁਰੀ ਹਾਲਤ ਹੈ। ਉਹ 20000 ਦਾ। ਹਾਂਜੀ। ਕੀ ਕਰਨਾ ਉਸ 20000 ਦਾ ਕੀ ਕਰਨਾ ਤੁਸੀਂ? ਹਮ। ਸਭ ਤੋਂ ਵੱਡੀ ਗੱਲ ਇਹ ਹੈ ਸਾਨੂੰ ਇਹ ਮੰਨਣਾ ਪੈਣਾ ਹੈ ਕਿਉਂਕਿ ਇਸ ਤਰ੍ਹਾਂ ਦੀ ਪ੍ਰੋਬਲਮਸ 올ਓਵਰ ਦਾ ਵਰਡ ਹੋਈਆਂ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਬੈਠ ਕੇ ਮੰਨਿਆ ਯੈਸ ਦਾ ਪ੍ਰੋਬਲਮ ਇਜ਼ देयर ਅਗਰ ਪ੍ਰੋਬਲਮ ਹੈਗੀ ਆ ਤਾਂ ਹੀ ਸੋਲੂਸ਼ਨ ਹੋਊਗਾ ਅਗਰ ਆਪਾਂ ਇਹਨੂੰ ਮੰਨਿਆ ਹੀ ਨਾ ਰਿਸਿਸਟ ਕਰੀਏ ਮੈਨੇਜ ਕਰਨ ਦੀ ਕੋਸ਼ਿਸ਼ ਕਰੀਏ ਇਹਦਾ ਸੋਲੂਸ਼ਨ ਕਦੇ ਵੀ ਨਹੀਂ ਆਣਾ ਫਿਰ ਲੋਕਾਂ ਦੇ ਵਿੱਚ ਲੋਕੀ ਇੱਕ ਸਰਕਾਰ ਨੂੰ ਦੂਜੀ ਦੂਜੀ ਤੋਂ ਤੀਜੀ ਯੂ ਗੋ ਆਨ ਚੇਂਜਿੰਗ ਯੂ ਯੂ ਆਰ you are in fact not solving the problem you are trying to find out solution from the government and if government is not interested to solve your problem if administration is not interested to solve your problem what what do you think othe nal ki hona othe nal hona hai ki government support kar di inanu government sanu support nahi kar di arastu ki kenda arastu kenda ਬਾਈ ਦਾ ਪੀਪਲ ਫੋਰ ਦਾ ਪੀਪਲ ਇਜ਼ ਅ ਡੈਮੋਕ੍ਰੇਸੀ ਕਿੱਥੇ ਡੈਮੋਕ੍ਰੇਸੀ ਲੋਕੀ ਕਹਿੰਦੇ ਅਸੀਂ ਪਰੇਸ਼ਾਨ ਆ ਅਸੀਂ ਇੱਥੇ ਪਾਣੀ ਨਹੀਂ ਪੀ ਸਕਦੇ ਤੁਸੀਂ ਸਾਨੂੰ ਸ਼ਰਾਬ ਬਣਾ ਕੇ ਦੇ ਰਹੇ ਹੋ ਲੋਕਾਂ ਦੀ ਥਾਲੀ ਸ਼ਾਮ ਨੂੰ ਪਾਣੀ ਦਾ ਗਲਾਸ ਹੋਣਾ ਚਾਹੀਦਾ ਹੈ ਸ਼ਰਾਬ ਦਾ ਗਲਾਸ ਹੋਣਾ ਚਾਹੀਦਾ ਹੈ ਤੁਹਾਡੇ ਮੁਤਾਬਕ ਫਿਰ ਸਰ ਇਹ ਜ਼ੀਰਾ ਫੈਕਟਰੀ ਦਾ ਨਿਚੋੜ ਹੈ ਕੀ ਹੈ ਨਿਚੋੜ ਇਹਦਾ ਇਹ ਹੀ ਹੈ ਕਿ ਇਸ ਚੀਜ਼ ਨੂੰ ਸਾਇੰਟੀਫਿਕਲੀ ਸਟੱਡੀ ਕਰਕੇ ਐਸਟੈਬਲਿਸ਼ ਕੀਤਾ ਜਾਵੇ ਸਭ ਤੋਂ ਪਹਿਲਾਂ ਫੈਕਟ ਕਿ ਯੈਸ ਇਹ ਪੋਲੂਸ਼ਨ ਹੋਇਆ ਇਹ ਹੋ ਰਿਹਾ ਹੈ ਪਿਛਲੇ ਇਨਸਤਲਾਂ ਤੋਂ ਹੋਇਆ ਮਤਲਬ ਉਹ ਡੈਫੀਨੇਟ ਹੈਗਾ ਕਿ ਹਾਂ ਉਹ ਪੋਲੂਸ਼ਨ ਕੀਤਾ ਹੈ ਜ਼ੀਰੇ ਦੀ ਫੈਕਟਰੀ ਨੇ ਉਹ ਪੋਲੂਸ਼ਨ ਕੀਤਾ ਹੈ ਇਹ 100% ਸਟੈਂਪਡ ਹੈ ਤੁਸੀਂ ਥਰਡ ਪਾਰਟੀ ਲਿਆਓ ਯੂ ਬ੍ਰਿੰਗ ਪੀਪਲ ਫਰਮ ਆਊਟਸਾਈਡ ਦਾ ਕੰਟਰੀ ਇਫ ਯੂ ਆਰ ਨਾਟ ਕੈਪेबल ਯੂ ਹਾਇਰ ਅ ਟੀਮ ਯੂ ਹਾਇਰ ਅ ਟੀਮ ਫਰਮ ਜਪਾਨ ਦੇ ਵਿਲ ਕਮ ਐਂਡ ਬਾਈ ਸਹੀ ਗੱਲ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਣਾ ਤੁਹਾਨੂੰ ਜੇ ਸਾਡੇ ਕੋਲੇ ਇਨੇ ਕੈਪेबल ਪੀਪਲ ਨਹੀਂਗੇ ਲੋਕੀ ਨਹੀਂਗੇ ਥੇਰ ਆਰ ਪੀਪਲ ਦੇ ਵਿਲ ਗਿਵ ਯੂ ਦਰਜਲਸ ਉਹਨਾਂ ਨੂੰ ਕੋਈ ਪਾਰਸ਼ਲਟੀ ਦੀ ਲੋੜ ਨਹੀਂ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਕੰਮ ਕਰਦਾ ਸਾਡੇ ਇੱਥੇ ਪ੍ਰੈਸ਼ਰ ਕੰਮ ਕਰਦੇ ਨੇ ਮੈਨੇਜ ਕਮ ਅਸੀਂ ਮੈਨੇਜਮੈਂਟ ਕਰਨਾ ਬੜਾ ਚੰਗੇ ਤਰੀਕੇ ਨਾਲ ਜਾਣਦੇ ਹਾਂ ਥੋਪੀਆ ਦੀ ਜਿਹੜੀ ਡਿਸਟਰੀ ਸੀਗੀ ਉੱਥੇ ਵੀ ਸੈਂਪਲ ਕਲੈਕਟ ਹੋਏ ਸੀ ਸੈਂਪਲ ਕਲੈਕਟ ਹੋਏ ਆ ਸਟੱਡੀਜ਼ ਹੋਈਆਂ ਨੇ ਉਹਨਾਂ ਦੇ ਉੱਤੇ ਉਹਨਾਂ ਤੇ ਐਕਸ਼ਨ ਲਏ ਜਿਹੜੇ ਉਹਨਾਂ ਨੇ ਸੈਂਪਲ ਕਲੈਕਟ ਕੀਤੇ ਆ ਉਹਨਾਂ ਨੇ ਸਚਾਈ ਦੇ ਨਾਲ ਉਹਦੀਆਂ ਰਿਪੋਰਟਾਂ ਵੀ ਤਿਆਰ ਕੀਤੀ ਰਿਪੋਰਟਾਂ ਤਿਆਰ ਕਰਦੇ ਨੇ ਸਚਾਈ ਵਾਲੀ ਸੱਚੀ ਰਿਪੋਰਟ ਹੈ ਠੀਕ ਰਿਪੋਰਟ ਕੰਈਓ ਫਿਰ ਉਤੇ ਐਕਸ਼ਨ ਹੋਇਆ ਐ ਤੇ ਰਿਪੋਰਟ ਹੀ ਨਹੀਂ ਸੱਚੀ ਨਿਕਲਦੀ ਪੀ ਐਕਸ਼ਨ ਕਿੱਥੋਂ ਹੋਏਗਾ ਸਾਨੂੰ ਤੁਸੀਂ ਬੰਦੇ ਬੈਠੇ ਹੋਏ ਨੇ ਉਹਨਾਂ ਨੂੰ ਆ ਕੇ ਥ੍ਰੈਟ ਕੀਤਾ ਜਾ ਰਿਹਾ ਤੁਸੀਂ ਆਪਦੇ ਘਰਾਂ ਨੂੰ ਚਲੇ ਜਾਓ ਹੁਣ ਤੁਸੀਂ ਦੱਸੋ ਕਿ ਕਿੰਨਾ ਕੋਆਪਰੇਸ਼ਨ ਮੈਂ ਦੇਖ ਰਿਹਾ ਐ ਕਿ ਕਿੰਨਾ ਕੋਆਪਰੇਸ਼ਨ ਉਸ ਕੰਪਨੀ ਦੇ ਮੈਨੇਜਮੈਂਟ ਦੇ ਨਾਲ ਹੋ ਰਿਹਾ ਐ ਹੁਣ ਤੱਕ ਤੇ ਸੱਕੇ ਨੂੰ ਅੰਦਰ ਸੱਤ ਨੇ ਜਾਇਦਾ ਉਹ ਤਾਂ ਸਾਰੇ ਸਕਾਟ ਫਰੀ ਫਰ ਰਹੇ ਨੇ ਇੱਕ ਤੁਸੀਂ ਗਲਤੀ ਕਰ ਰਹੇ ਹੋ ਦੂਸਰਾ ਤੁਸੀਂ ਜੋੜ ਜ਼ਬਰਦਸਤੀ ਦਾ ਲਾਗਰੀ ਕਰ ਰਹੇ ਹੋ ਇਸ ਅੱਛਾ ਐਡਮਿਨਿਸਟ੍ਰੇਸ਼ਨ ਤੁਹਾਨੂੰ ਆ ਕੇ ਥ੍ਰੈਟ ਕਰ ਰਿਹਾ ਆਮ ਆਦਮੀ ਕਿੱਥੇ ਜਾਊਗਾ ਪੀਪਲ ਗੈਟ ਯੂਨੀਨਾਈਜ਼ਡ ਜਦੋਂ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਲੋਕਾਂ ਦਾ ਕੀ ਇੰਟਰਸਟ ਹੈ ਕੋਈ ਫੈਕਟਰੀ ਬੰਦ ਹੋ ਜਾਏ ਉਹਨਾਂ ਦੇ ਤਾਂ ਬੱਚੇ ਉੱਥੇ ਕੰਮ ਕਰਦੇ ਆ ਬੇ ਪਬਲਿਕ ਕਿਉਂ ਕਹੋਗੀ ਅੱਛਾ ਚਲੋ ਮੈਂ ਇਹ ਗੱਲ ਮੰਨਦਾ ਹਾਂ ਇੱਕ ਉੱਥੇ 70 ਪਿੰਡਾਂ ਦੇ ਅਲਾਗੇ ਤੱਕ ਜੋ ਵੀ ਹੈਗਾ ਉਹ ਉਹ ਏਰੀਆ ਦਾ ਪਾਣੀ ਜਿਵੇਂ ਆਪਾਂ ਮੰਨਦੇ ਆਂ ਖਰਾਬ ਹੋਇਆ ਹੈ ਤੇ ਉੱਥੋਂ ਦੇ ਲੋਕੀ ਪਰੇਸ਼ਾਨ ਆ ਹੁਣ ਜੇ ਉੱਥੋਂ ਦੇ ਲੋਕ ਕਿਸੇ ਗੱਲ ਨੂੰ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਆਪਾਂ ਦੁਕਾਨਾਂ ਬੰਦ ਕਰਨ ਨੂੰ ਕਿਉਂ ਨਹੀਂ ਕਹਿੰਦੇ ਆਪਾਂ ਉਹ ਫੈਕਟਰੀ ਬੰਦ ਕਰਨ ਨੂੰ ਕਿਉਂ ਕਰਿਆ ਕੁਲ ਲੋਕੀ ਪਾਗਲ ਥੋੜੀ ਹੈ ਲੋਕੀ ਸਮਝਦਾਰ ਹੈ ਲੇਕਿਨ ਆਪਾਂ ਆਪਾਂ ਉਹਨਾਂ ਨੂੰ ਅਵਾਈਡ ਮਾਰ ਰਹੇ ਆਪਾਂ ਆਪਾਂ ਨੂੰ ਕਹਿੰਦੇ ਕਿ ਇੱਥੇ ਅਸੀਂ ਇਸ ਤੇ 300 400 ਕਰੋੜ ਖਰਚ ਕਰ ਚੁੱਕੇ ਆਂ ਏ ਪ੍ਰੋਡਕਸ਼ਨ ਬੰਦ ਨਹੀਂ ਕਰ ਸਕਦੇ ਇਹਦੇ ਨਾਲ ਸਾਨੂੰ ਲੌਸਸ ਹੋ ਰਿਹਾ ਕਿਉਂਕਿ ਰੈਵਨਿਊ ਜਨਰੇਟ ਇਥੋਂ ਹੋ ਰਿਹਾ ਇਟਸ ਅ ਬਿਗ ਗੇਮ ਹੁਣ ਇਸ ਗੇਮ ਕੋਵਿਡ ਤੋਂ ਬਾਅਦ ਆਮ ਨਾਟ ਨੇਮਿੰਗ ਦਾ ਪਰਸਨ ਹੂ ਇਜ਼ ਰਿਕਵੈਸਟਿੰਗ ਸੈਂਟਰਲ ਗਵਰਨਮੈਂਟ ਟੂ ਅਲਾਉ ਅਸ ਟੂ ਓਪਨ ਦੀ 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 ਡੋਰਸ ਫਾਰ ਦੀ ਲਿਕਰ ਸ਼ਾਪਸ ਹਾਂ ਤੁਹਾਨੂੰ ਲੋਕਾਂ ਦੀ ਹੈਲਥ ਦੀ ਚਿੰਤਾ ਨਹੀਂ ਹੋਈ ਤੁਹਾਨੂੰ ਉਹਨਾਂ ਦੇ ਵੈਲਫੇਅਰ ਦੀ ਚਿੰਤਾ ਨਹੀਂ ਹੋਈ ਤੁਹਾਨੂੰ ਸਭ ਤੋਂ ਪਹਿਲਾਂ ਚਿੰਤਾ ਹੋਈ ਕਿ ਸਾਡਾ ਰਿਵੈਨਿਊ ਕਿੱਥੋਂ ਜਨਰੇਟ ਹੋ ਰਿਹਾ ਹੈ ਸਾਡੇ ਨੂੰ ਉਹ ਦੁਕਾਨਾਂ ਬੰਦ ਨਾ ਹੋ ਜਾਣ ਦੁਕਾਨਾਂ ਪਹਿਲਾਂ ਖੋਲੋ ਆਮ ਸੌਰੀ ਟੂ ਸੇ ਕਿਸੇ ਵੀ ਚੀਜ਼ ਦੀ ਟੋਲਰੈਂਸ ਦੀ ਇੱਕ ਲਿਮਿਟ ਹੁੰਦੀ ਹੈ ਉਹ ਟੋਲਰੈਂਸ ਲਿਮਿਟ ਕ੍ਰਾਸ ਹੋ ਚੁੱਕੀ ਹੈ ਕਿਉਂਕਿ ਪੀਪਲ ਹੈਵ ਬੀਨ ਸਫਰਿੰਗ ਫਾਰ ইਅਰਸ ਟੁਗੇਦਰ ਐਂਡ ਨਾਓ ਇਟ ਇਜ਼ ਆਈ ਥਿੰਕ ਮੋਰ ਦੈਨ 15 ইਅਰਸ ਇਫ ਵੀ ਕੰਟੀਨਿਊ ਡੂਇੰਗ ਥਿਸ ਪ੍ਰੋਬਲਮ ਇਜ਼ ਗੋਇੰਗ ਟੂ ਵਰਸਨ ਇਹਨੂੰ ਗਵਰਨਮੈਂਟ ਅੱਜ ਸੋਲਵ ਕਰ ਲਵੇ ਜਾਂ ਇਹਨੂੰ ਕੱਲ ਸੋਲਵ ਕਰ ਲਵੇ ਇਹ ਇਹਨਾਂ ਤੇ ਡਿਪੈਂਡ ਕਰੂਗਾ ਔਰ ਅਗਰ ਇਹਨੂੰ ਇਹ ਸੋਲ ਨਹੀਂ ਕਰਦੇ ਇਹ ਤਾਂ ਆਪਾਂ ਆਉਣ ਵਾਸਤੇ ਆਪਦੇ ਬੱਚਿਆਂ ਵਾਸਤੇ ਹੀ ਗ੍ਰੇਵ ਖੋਦ ਰਹੇ ਹਾਂ ਸਰ ਮੇਰਾ ਇਸ ਇੰਟਰਵਿਊ ਦਾ ਆਖਰੀ ਸਵਾਲ ਹੈ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇੱਕ ਵਾਰੀ ਜਿਹੜਾ ਗਰਾਊਂਡ ਲੈਵਲ ਦਾ ਵਾਟਰ ਹੈਗਾ ਉਹ ਕੰਟਾਮਿਨੇਟ ਹੋ ਜਾਏ ਖਰਾਬ ਹੋ ਜਾਏ ਪੋਲਿਊਟਿਡ ਹੋ ਜਾਏ ਜ਼ਹਿਰ ਬਣ ਜਾਏ ਤਾਂ ਉਹਨੂੰ ਬੜਾ ਟਾਈਮ ਲੱਗਦਾ ਕਿ ਉਹ ਬਹੁਤ ਟਾਈਮ ਲੱਗਦਾ ਤੇ ਹੁਣ ਜਿਹੜਾ ਉੱਥੇ ਜ਼ਹਿਰ ਘੋਲਤਾ ਇਹਨਾਂ ਨੇ ਉਹ ਪਿੰਡਾਂ ਦੇ ਵਿੱਚ ਘੋਲਤਾ ਉਸ ਫੈਕਟਰੀ ਨੇ ਉਹ ਜਿਹੜਾ ਪਾਣੀ ਖਰਾਬ ਹੋ ਗਿਆ ਉਹ ਕਿੰਨੀ ਕੀ ਦਰ ਤੱਕ ਐਂ ਚੱਲਦਾ ਰਹੇਗਾ ਇਨਫੈਕਟ ਕੀ ਹੈ ਕਿ ਰੇਨ ਫਾਲਸ ਰੇਨ ਕੈਚਮੈਂਟ ਏਰੀਆ 1 ਉਹ ਟੋਟਲ ਏਰੀਆ ਕਿੰਨਾ ਹੈਗਾ ਉੱਥੇ ਕਿੰਨੀ ਐਮਐਮ ਕਿੰਨੀ ਬਾਰਿਸ਼ ਹੁੰਦੀ ਹੈ ਉਹ ਬਾਰਿਸ਼ ਕਿੰਨੀ ਕਿੰਨੀ ਦਿਨ ਉੱਥੇ ਖੜਦਾ ਪਾਣੀ ਮੈਂ ਤਾਂ ਦੇਖਦਾ ਹਾਂ ਕਿ ਹੁਣ ਕਈ ਸਾਲਾਂ ਤੋਂ ਤਾਂ ਬਾਰਿਸ਼ ਹੋਣੀ ਬੰਦ ਹੋ ਗਈ ਹੈ ਉਹ ਕਿਵੇਂ ਉਹ ਜਾਇਦਾ ਜ਼ਹਿਰ ਉੱਥੇ ਬਣਿਆ ਹੀ ਰਹੇਗਾ ਉਸ ਏਰੀਆ ਦੇ ਵਿੱਚ ਕਿਉਂਕਿ ਗਰਾਊਂਡ ਲੈਵਲ ਡਾਊਨ ਹੁੰਦਾ ਜਾ ਰਿਹਾ ਹੈ ਬਾਰਿਸ਼ਾਂ ਘੱਟ ਹੋ ਰਹੀਆਂ ਨੇ ਪਹਿਲਾਂ ਬਾਰਿਸ਼ ਜ਼ਿਆਦਾ ਹੁੰਦੀ ਸੀ ਪਾਣੀ ਡਿਸਾਲਵ ਹੁੰਦਾ ਸੀ ਏਰੀਆ ਵੱਜ ਜਾਂਦਾ ਸੀ ਏਰੀਆ ਦੇ ਵਿੱਚ ਫਲੋ ਹੋ ਜਾਂਦਾ ਸੀ ਪਾਣੀ ਹੁਣ ਪਾਣੀ ਰੁਕ ਜਾਂਦੇ ਨੇ ਉਹ ਉਹ ਸਿੱਧਾ ਥੱਲੇ ਹੀ ਜਾਂਦਾ ਹੈ ਪਹਿਲਾਂ ਨਦੀਆਂ ਨਾਲਿਆਂ ਦੇ ਵਿੱਚੋਂ ਵਹਿ ਕੇ ਸਾਫ਼ ਸੁਥਰਾ ਹੋ ਕੇ ਪੂਰੇ ਖੇਤਾਂ ਦੇ ਵਿੱਚ ਤੁਸੀਂ ਦੇਖਿਆ ਸੀ ਚਿੱਕੜ ਹੋ ਜਾਂਦੇ ਸੀ ਤੇ ਪਾਣੀ ਵਹਿ ਜਾਂਦਾ ਸੀ ਨਦੀਆਂ ਵਿੱਚੋਂ ਹੋ ਕੇ ਨਾਲਿਆਂ ਵਿੱਚੋਂ ਹੋ ਕੇ ਸਿੱਧਾ ਸਮੁੰਦਰ 'ਚ ਹੁਣ ਕੀ ਹੋ ਰਿਹਾ ਹੁਣ بارشਾਂ ਘੱਟ ਹੋ ਰਹੀਆਂ ਨੇ ਜਿੰਨੀ ਇੱਕ بارش ਡਿੱਗਦੀ ਓਨੀ ਸਾਰੇ ਜ਼ਮੀਨ ਦੇ ਅੰਦਰ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਹੁਤ ਜ਼ਰੂਰੀ ਔਰ ਬੜੀ ਖਾਸ ਇੰਟਰਵਿਊ ਸੀਗੀ ਔਰ ਵਕਤ ਵੀ ਖਾਸ ਤੌਰ ਤੇ ਲਿੱਤਾ ਸੀਗਾ ਗੁਰਮੀਤ ਸਿੰਘ ਜੀ ਦੇ ਕੋਲੋਂ ਔਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਇਹ ਸਿਰਫ ਮਾਮਲਾ ਜ਼ੀਰੇ ਤੱਕ ਸੀਮਤ ਨਹੀਂ ਹੈਗਾ ਇਹ ਮਾਮਲਾ 글로ਬਲੀ ਆਪਣੇ ਪੈਰ ਪਸਾਰਦਾ ਪਿਆ ਔਰ ਪਸਾਰੇ ਵੀ ਹੈਗੇ ਔਰ 에ਥੋਪੀਆ ਦਾ ਐਗਜ਼ਾਮਪਲ ਗੁਰਮੀਤ ਜੀ ਨੇ ਤੁਹਾਡੇ ਨਾਲ ਸਾਂਝਾ ਕੀਤਾ ਔਰ ਉੱਥੋਂ ਦੀ ਸਰਕਾਰ ਨੇ ਫਿਰ ਕਿਸ ਤਰੀਕੇ ਦੇ ਨਾਲ ਮੈਜਰਸ ਲਿੱਤੇ ਕਿਉਂਕਿ ਜੇ ਸਰਕਾਰ ਇਹ ਸੋਚੇ ਕਿ ਹਾਂ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਭੁਗਤਣਾ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਪੋਜ਼ਿਟਿਵ ਹੋ ਜਾਂਦੀਆਂ ਹੈਗੀਆਂ ਨੇ ਲੇਕਿਨ ਇਹ ਪੰਜਾਬ ਹੈ ਇੱਥੇ 2010 ਦੀ ਵਿਧਾਨ ਸਭਾ ਰਿਪੋਰਟ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਸੀਗਾ ਕਿ ਜੀਰੇ ਦੀ ਮਾਲਬਰੋਸ ਫੈਕਟਰੀ ਜਿਹੜੀ ਹੈਗੀ ਹੈ ਉਹ ਕੰਮ ਠੀਕ ਨਹੀਂ ਕਰਦੀ ਪਈ ਹੈ ਬਾਵਜੂਦ ਉਸ ਦੇ ਅੱਜ 2023 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਔਰ ਕਹਾਣੀ ਉਥੋਂ ਦੀ ਉੱਥੇ ਹੀ ਖੜੀ ਹੋਈ ਆ ਔਰ ਲੋਕ ਮਰਦੇ ਪਏ ਆ ਇੰਟਰਵਿਊ ਨੂੰ ਹੋਰ ਲੋਕਾਂ ਤੱਕ ਪਹੁੰਚਾਓ ਕਮੈਂਟਸ ਕਰਕੇ ਜ਼ਰੂਰ ਆਪਣੀ رائے ਸਾਂਝੀ ਕਰੋ ਔਰ ਕੋਸ਼ਿਸ਼ ਕਰੋ ਕਿ ਜਿਹੜੀ ਚੰਗੀਆਂ ਗੱਲਾਂ ਹੈਗੀਆਂ ਨੇ ਉਹੀ ਲੋਕਾਂ ਤੱਕ ਪਹੁੰਚਣ ਮੈਨੂੰ ਦਵੋ ਇਜਾਜ਼ਤ ਰੱਬ ਖੈਰ ਕਰੇ